और सत श्री अकाल दोस्तों, मैं अमरजोत सिंह बोल रहा हूँ। मेरे नाल इस वक्त जुड़े हुए हैं जगराज सिंह पंजाब तो, जिहड़े एक इंटरव्यू देकर आए हैं, स्पाउस वीज़ा का इंटरव्यू जीत कर आए हुए हैं। आओ पता करते हैं कि भाई इंटरव्यू की कुछ पूछा, उन्हों का केस की है, तो आप शायद कुछ उन्होंने इंटरव्यू तो कुछ सीख सकते हैं कि भी गाँव में कोई कोई गलत हो जाए साढ़े तो, असं पहले ही कुछ तैयारी करके जाइए इंटरव्यू। जगराज सिंह थैंक यू वेरी मच, तुम आए, तुम टाइम कटिया, बहुत बहुत शुक्रिया तुहाडा। ਤੁਹਾਡਾ ਵੀ ਸਰ ਬਹੁਤ ਧੰਨਵਾਦ, ਤੁਸੀਂ ਇੰਨੀ ਹੈਲਪ ਕਰੀ ਜੋ ਸਾਡੀ। ਤੁਸੀਂ ਪਹਿਲਾਂ ਆਪਣਾ ਕੇਸ ਦੇ ਬਾਰੇ ਜਿੰਨਾ ਵੀ ਤੁਸੀਂ ਥੋੜਾ ਬਹੁਤ ਦੱਸ ਸਕਦੇ ਹੋ ਕਿ ਵੀ ਕੇਸ ਤੇ ਤੁਹਾਡੇ ਕੰਪਲਿਕੇਸ਼ਨ ਕੀ ਸੀ। ਪਹਿਲਾਂ ਵੀ ਤੁਸੀਂ ਸ਼ਾਇਦ ਇੱਕ ਵਾਰ ਇੰਟਰਵਿਊ ਦੇ ਕਰ ਆ ਚੁੱਕੇ ਹੋ ਨਾ, ਇਹ ਸੈਕੰਡ ਇੰਟਰਵਿਊ। ਹਾਂਜੀ ਹਾਂਜੀ ਜੀ ਸਰ, ਮੇਰੀ ਸੈਕੰਡ ਇੰਟਰਵਿਊ ਸੀਗੀ ਕੇਸ ਜੀ ਦੇ ਵਿੱਚ। ਸਰ ਮੇਰੇ ਦੇ ਮਤਲਬ ਇਹ ਸੀਗਾ ਕਿ ਮੇਰੀ ਮੈਰਿਜ ਜੋ ਹੋਈ ਸੀ ਨਾ ਵੀਜ਼ੇ ਤੋਂ 4 ਦਿਨ ਦੇ ਬਾਅਦ ਦੇ ਵਿੱਚ ਹੋਈ ਹੈ, ਜੀ ਓਕੇ ਆਫਟਰ ਵੀਜ਼ਾ 4 ਦਿਨ ਜੀ ਬਾਅਦ ਮੇਰੀ ਮੈਰਿਜ ਹੋਈ ਹੈ। ਤੇ ਮੇਨ ਇਸ਼ੂ ਸਰ ਮੇਰਾ ਇਹੀ ਸੀਗਾ, ਮੇਰੀ ਵਾਈਫ ਦੇ ਨਾਲੋਂ ਸਾਡਾ ਏਜ ਦਾ ਵੀ ਡਿਫਰੈਂਸ ਸੀਗਾ ਤੇ ਸਟੱਡੀ ਦਾ ਵੀ ਡਿਫਰੈਂਸ ਸੀਗਾ, ਤੇ ਮੇਨ ਇਸ਼ੂ ਸਰ ਇਹੀ ਸੀਗਾ ਮੇਰਾ। ਤੇ ਜੀ ਮੈਰਿਜ ਤੋਂ ਬਾਅਦ ਮੇਰੀ ਵਾਈਫ ਨੇ ਜੋ ਮੇਰੇ ਕੋਲ 1 ਵੀਕ ਰਹਿ ਕੇ ਗਏ ਹੈਗੇ। ਓਕੇ ਠੀਕ ਹੈ ਠੀਕ ਹੈ। ਸੋ ਜੋ ਪਹਿਲੀ ਐਪਲੀਕੇਸ਼ਨ ਜੋ ਲਾਈ ਹੈ ਤੁਸੀਂ ਆਪਣੇ ਕਿਸੇ ਕੰਸਲਟੈਂਟ ਲਾਇਰ ਨੇ ਲਾਈ ਹੋਣੀ ਮੇਰੇ ਖਿਆਲ ਪਹਿਲੀ ਐਪਲੀਕੇਸ਼ਨ। ਹਾਂਜੀ ਸਰ, ਪਹਿਲੀ ਐਪਲੀਕੇਸ਼ਨ ਅਸੀਂ ਕੈਨੇਡਾ ਦੇ ਵਿੱਚੋਂ ਹੀ ਅਪਲਾਈ ਕਰਵਾਈ ਸੀਗੀ ਅੱਛਾ ਤੇ ਅੱਛਾ ਸੋ ਮਤਲਬ ਉਹਨਾਂ ਨੇ ਵਧੀਆ ਵਧੀਆ ਲੋਅਰ ਸੀਗਾ ਸਰ ਉਹ ਵੀ ਵੈਸੇ, ਤੇ ਫਸਟ ਟਾਈਮ ਉਹਨਾਂ ਨੇ ਸਰ ਸਾਡੀ ਫਾਈਲ ਸੀ ਜਿਹੜੀ ਡਰੌਪ ਦੇ ਵਿੱਚ ਲਗਾ ਦੀ, ਬਹੁਤ ਵਧੀਆ ਓਕੇ ਲੋਅਰ ਸੀਗੇ। ਚਲੋ ਮੈਂ ਨਾਮ ਸਰ ਉਹਨਾਂ ਦਾ ਨਹੀਂ ਲੈਣਾ ਚਾਹੁੰਦਾ, ਜੀ ਤੇ ਡਰੌਪ ਦੇ ਵਿੱਚ ਲਗਾਈ ਤੇ ਫਿਰ ਸੈਕਿੰਡ ਐਪਲੀਕੇਸ਼ਨ ਫਿਰ ਅਸੀਂ ਉਹਨਾਂ ਤੋਂ ਦੁਬਾਰਾ ਅਪਲਾਈ ਕਰਵਾਈ, ਤੇ ਓਕੇ ਸੈਕਿੰਡ ਐਪਲੀਕੇਸ਼ਨ ਵੀ ਉਹਨਾਂ ਨੇ ਸਰ ਸਾਡੀ ਮਤਲਬ ਡਾਕੂਮੈਂਟ ਜਦੋਂ ਬਾਅਦ ਦੇ ਵਿੱਚ ਮੈਂ ਥਰਡ ਐਪਲੀਕੇਸ਼ਨ ਕਿਸੇ ਹੋਰ ਲੋਅਰ ਤੋਂ ਲਗਵਾਈ, ਉਹ ਵੀ ਕੈਨੇਡਾ ਦੇ ਵਿੱਚੋਂ ਹੀ ਲਗਵਾਈ ਸੀ, ਤੇ ਲੈਣ ਗਿਆ ਤਾਂ ਉਹਨਾਂ ਨੂੰ ਮੈਂ ਕਿਹਾ ਵੀ ਚਲੋ ਸਕੈਨ ਜੋ ਤੁਹਾਡੇ ਕੋਲ ਸਕੈਨ ਕਰੇ ਹੋਏ ਡਾਕੂਮੈਂਟ ਹੈਗੇ ਉਹ ਮੈਨੂੰ ਦੇ ਦਿਓ, ਤੇ ਉਹ ਅੱਧੀ ਡਾਕੂਮੈਂਟ ਸਕੈਨ ਕਰੇ ਹੋਏ ਸੀਗੇ ਉਹਨਾਂ ਕੋਲ ਸਰ, ਇਟ ਮੀਨਸ ਉਹਨਾਂ ਨੇ ਫਾਈਲ ਦੇ ਵਿੱਚ ਮੇਰੇ ਪ੍ਰੋਪਰ ਡਾਕੂਮੈਂਟ ਹੀ ਨਹੀਂ ਲਗਾਏ। ਤੇ ਬਾਕੀ ਸਰ ਮੇਰਾ ਕੇਸ ਬਹੁਤ ਵੀਕ ਸੀਗਾ ਤਾਂ ਕਰਕੇ ਇੰਟਰਵਿਊ ਚਲੋ ਬਣਦੀ ਸੀ, ਮੈਂ ਮੰਨਦਾ ਵੀ ਹਾਂ ਤੇ ਬਣਦੀ ਸੀਗੀ, ਕਿਉਂਕਿ ਮੈਂ ਪ੍ਰੋਪਰ ਰੀਜਨ ਜੋ ਮੇਰੇ ਬਣਦੇ ਸੀਗੇ ਮੈਂ ਉੱਥੇ ਉਹਨਾਂ ਨੂੰ ਕਲੀਅਰ ਨਹੀਂ ਕਰ ਸਕਿਆ ਫਾਈਲ ਲਗਾਉਣ ਵੇਲੇ ਸੈਕਿੰਡ ਟਾਈਮ। ਤੇ ਸੈਕਿੰਡ ਟਾਈਮ ਫਿਰ ਸਰ ਮੇਰੀ ਇੰਟਰਵਿਊ ਆਈ, ਇੰਟਰਵਿਊ ਦੇ ਵਿੱਚ ਮੇਰੇ ਤੋਂ ਕਈ ਤਰ੍ਹਾਂ ਦੇ ਕੁਐਸਚਨ ਉੱਥੇ ਪੁੱਟ ਕਰੇ ਉਹਨਾਂ ਨੇ ਜੋ ਮਤਲਬ ਮੇਰੇ ਕੇਸ ਦੇ ਰਿਲੇਟਡ ਸੀਗੇ, ਤੇ ਮੈਂ ਉਹਨਾਂ ਨੂੰ ਪ੍ਰੋਪਰ ਜਸਟੀਫਿਕੇਸ਼ਨ ਨਹੀਂ ਕਰ ਸਕਿਆ ਕਿਉਂਕਿ ਸਰ ਇੱਕ ਤਾਂ ਤਿਆਰੀ ਨਹੀਂ ਹੈਗੀ ਸੀ, ਮੇਰੇ ਲੋਇਰ ਨੇ ਵੀ ਪ੍ਰੋਪਰ ਤਿਆਰੀ ਨਹੀਂ ਕਰਵਾਈ ਸੀਗੀ, ਮੈਂ ਆਪਣੇ ਵੇਸਟ ਦੀ ਤਿਆਰੀ ਕਰਕੇ ਜੋ ਮੇਰੇ ਤੋਂ ਹੋਈ ਮਤਲਬ ਉਹ ਗਿਆ, ਤੇ ਮਤਲਬ ਫਿਰ ਮੇਰੇ ਅਨੀਤਾਪੁਰੀ ਮੈਮ ਸੀਗੇ ਸ਼ਾਇਦ ਉਸ ਟਾਈਮ ਉੱਥੇ, ਤੇ ਉਹਨਾਂ ਨੇ ਫਿਰ ਮੇਰੀ ਫਾਈਲ ਰਿਫਿਊਜ਼ ਕਰਤੀ ਸੈਕਿੰਡ ਟਾਈਮ। ਤੇ ਉਸ ਅਨੀਤਾ ਤੋਂ ਬਾਅਦ ਸਰ ਫਿਰ ਮੇਰੀ ਵੇਟ 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 ਕਰੋ ਵੇਟ ਕਰੋ, ਪਹਿਲਾਂ ਪਹਿਲਾਂ ਇੰਟਰਵਿਊ ਦੇ ਬਾਰੇ ਗੱਲ ਕਰਦੇ ਹਾਂ। ਪਹਿਲਾਂ ਇੰਟਰਵਿਊ ਵਿੱਚ ਕਿਹੜੇ ਕਿਹੜੇ ਸਵਾਲ ਹਾਂਜੀ ਪੁੱਛੇ ਗਏ, ਕਿਹੜੇ ਕਿਹੜੇ ਸਵਾਲ ਪੁੱਛੇ ਗਏ ਜਿਹੜੇ ਤੁਹਾਨੂੰ ਮਤਲਬ ਪਰੇਸ਼ਾਨ ਕਰ ਗਏ ਜਾਂ ਤੁਹਾਨੂੰ ਤੁਹਾਡੇ ਕੋਲ ਜਵਾਬ ਨਹੀਂ ਸੀ, ਕਿਹੜੇ ਕੁਝ ਚੈਲੰਜਿੰਗ ਸਵਾਲ ਪੁੱਛੇ ਹੋਗੇ ਉਹਨਾਂ? ਹਾਂਜੀ ਸਰ, ਉਹ ਇਦਾਂ ਹੀ ਸੀਗੇ ਸਰ, ਤੇ ਇੱਕ ਤਾਂ ਸਰ ਮੇਰੇ ਤੋਂ ਆਪਣਾ ਇੰਟਰਪ੍ਰੇਟਰ ਕਰਿਆ ਸੀਗਾ ਸਰ ਜੋ, ਉਹਦੇ ਨਾਲ ਮੇਰੀ ਪ੍ਰੋਪਰ ਕਮਿਊਨੀਕੇਸ਼ਨ ਫਿੱਟ ਨਹੀਂ ਬੈਠੀ, ਓਕੇ ਇੰਟਰਪ੍ਰੇਟਰ ਮਤਲਬ ਥੋੜ੍ਹੀ ਜਿਹੀ ਲੈਂਗੁਏਜ ਦਾ ਸਾਨੂੰ ਮੈਨੂੰ ਪ੍ਰੋਬਲਮ ਲੱਗੀ, ਤੇ ਜਿੱਦਾਂ ਉਹਨਾਂ ਨੇ ਕੁਐਸਚਨ ਪੁੱਛਿਆ ਮੇਰੇ ਤੋਂ ਵੀ ਤੁਸੀਂ ਪਹਿਲਾਂ ਕਿਤੇ ਫਾਈਲ ਅਪਲਾਈ ਕਰੀ ਆ, ਜੇ ਉਹ ਮੈਨੂੰ ਬੋਲਦੇ ਵੀ ਪਹਿਲਾਂ ਕੈਨੇਡਾ ਦੀ ਜਾਂ ਕਿਸੇ ਹੋਰ ਕੰਟਰੀ ਦੀ ਜਾਂ ਕਦੀ ਫਾਈਲ ਅਪਲਾਈ ਕਰੀ ਆ, ਤੇ ਫਿਰ ਮੈਂ ਉਹਨਾਂ ਨੂੰ ਪ੍ਰੋਪਰ ਮਤਲਬ ਜਵਾਬ ਦਿੰਦਾ ਆਪਣੀ ਤਰਫ ਤੋਂ, ਉਹਨਾਂ ਨੇ ਮੈਨੂੰ ਕਿਹਾ ਇੱਦਾਂ, ਮੈਨੂੰ ਲੱਗਿਆ ਵੀ ਇਹ ਕਹਿ ਰਹੇ ਹੈਗੇ ਕਿਸੇ ਹੋਰ ਕੰਟਰੀ ਦੀ ਅਪਲਾਈ, ਤੇ ਮੈਂ ਕਦੀ ਕਿਸੇ ਕੰਟਰੀ ਦੀ ਅਪਲਾਈ ਕਰੀ ਨਹੀਂ ਸੀ, ਮੈਂ ਉਹਨਾਂ ਨੂੰ ਕਹਿਤਾ ਵੀ ਮੈਂ ਨਹੀਂ ਕਿਸੇ ਕੰਟਰੀ ਦੀ ਅਪਲਾਈ ਕਰੀ, ਤੇ ਮੇਰੀ ਕੈਨੇਡਾ ਦੇ ਵਿੱਚੋਂ ਮਤਲਬ ਉਹ ਫਸਟ ਟਾਈਮ ਰਿਫਿਊਜ਼ਲ ਆਈ ਹੋਈ ਸੀ, ਇੱਕ ਤਾਂ ਸਰ ਮੇਰਾ ਉਹ ਕੁਐਸਚਨ ਉੱਥੇ ਗਲਤ ਹੋ ਗਿਆ, ਤੇ ਇੱਦਾਂ ਹੀ 2-4 ਕੁਐਸਚਨ ਹੋਰ ਇੰਟਰਪ੍ਰੇਟਰ ਦੀ ਵਜ੍ਹਾ ਕਰਕੇ ਸਰ ਮੈਨੂੰ ਲੱਗ ਰਹੇ ਸੀ ਜੋ ਕਿ ਸ਼ਾਇਦ ਮੇਰੇ ਤੋਂ ਗਲਤ ਹੋ ਗਏ, ਤੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤੋਂ ਮੈਰਿਜ ਦਾ ਹੀ ਇੱਦਾਂ ਮੇਰੇ ਤੋਂ ਮਤਲਬ ਪੁੱਛਿਆ ਜੋ ਕਿ ਮੇਰੀ ਜੈਨੂਅਨ ਮੈਰਿਜ ਸੀ, ਕੋਈ ਇੱਦਾਂ ਨੋ ਡਾਊਟ ਸੀ, ਤੇ ਕੁਛ ਰੀਜ਼ਨਾਂ ਕਰਕੇ ਮਤਲਬ ਸਾਡੀ ਮੈਰਿਜ ਲੇਟ ਹੋ ਗਈ ਜੋ ਵੀਜ਼ੇ ਤੋਂ ਮਤਲਬ 4 ਦਿਨ ਬਾਅਦ ਦੇ ਵਿੱਚ ਚਲੀ ਗਈ, ਤੇ ਮੈਰਿਜ ਵੈਸੇ ਸਾਡੀ ਸਰ ਪਹਿਲਾਂ ਹੀ ਫਿਕਸ ਸੀ, ਵੀਜ਼ਾ ਅਚਾਨਕ ਵਿੱਚ ਆਇਆ, ਤੇ ਇੱਦਾਂ ਦੇ ਮਤਲਬ ਇਹੀ ਕੁਐਸਚਨ ਤੇ ਉਹਨਾਂ ਨੇ ਮੈਨੂੰ ਟਾਰਗੇਟ ਕਰਿਆ, ਤੇ ਜੋ ਮੈਂ ਉਦੋਂ ਪਿਛਲੀ ਇੰਟਰਵਿਊ ਦੇ ਵਿੱਚ ਪ੍ਰੋਪਰ ਆਨਸਰ ਨਹੀਂ ਕਰ ਸਕਿਆ ਜੀ। ਇਹ ਇੰਟਰਵਿਊ ਕਦੋਂ ਹੋਈ ਸੀ, ਕਿਹੜੇ ਸਾਲ ਮਹੀਨੇ 'ਚ ਹੋਈ ਸੀ? ਸੈਕਿੰਡ ਇੰਟਰਵਿਊ ਜਿਹੜੀ ਮੇਰੀ ਫਸਟ ਇੰਟਰਵਿਊ ਸੀ ਉਹ ਸਰ 27 ਮਾਰਚ 2019 ਦੇ ਵਿੱਚ ਹੋਈ ਸੀ। 27 ਮਾਰਚ 2019 ਤੇ ਸੈਕਿੰਡ ਇੰਟਰਵਿਊ ਉਹ ਸੀ ਜਿਹੜੀ ਤੁਸੀਂ ਹੁਣ 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 ਦੇਖ ਰਹੇ ਹੋ ਕਿ ਸੈਕਿੰਡ ਇੰਟਰਵਿਊ ਇਸ ਤੋਂ ਪਹਿਲਾਂ ਹੋ ਚੁੱਕੀ ਹੈ? ਨਹੀਂ ਨਹੀਂ ਸਰ, ਇਹ ਸੈਕਿੰਡ ਇੰਟਰਵਿਊ ਸੀ ਜੋ ਸਰ ਹੁਣ ਦੇ ਕੇ ਆਏ। ਉਸ ਤੋਂ ਬਾਅਦ ਸਰ ਮੈਂ ਫਿਰ ਫਾਈਲ ਉਸ ਤੋਂ ਬਾਅਦ ਸਰ ਮੈਂ ਥਰਡ ਟਾਈਮ ਫਿਰ ਫਾਈਲ ਲਗਾਈ ਆਪਣੀ ਫਾਈਲ ਲਗਾਉਣ ਦੇ ਬਾਵਜੂਦ ਸਰ, ਤੇ ਮੇਰੇ ਲੋਇਰ ਨੇ ਮਤਲਬ ਫਾਈਲ ਚਲੋ ਠੀਕ ਹੈ ਜਿੱਦਾਂ ਦੀ ਵੀ ਲਗਾਈ ਪ੍ਰੋਪਰ ਲਗਾਈ ਜਾਂ ਚਲੋ ਘੱਟ ਲਗਾਈ ਕੁਛ ਵੀ, ਤੇ ਉਹਨਾਂ ਨੇ ਮੇਰੀ ਵਾਈਫ ਜੋ ਵਿਜ਼ਿਟ ਕਰੇ ਸੀਗੇ ਇੰਡੀਆ ਮੇਰੇ ਕੋਲ 1 ਮੰਥ ਤਕਰੀਬਨ ਰਹਿ ਕੇ ਗਏ ਸੀਗੇ, ਉਹਨਾਂ ਦੀ ਟਿਕਟ ਵਗੈਰਾ ਲਗਾਈ ਨਹੀਂ ਉਹਨਾਂ ਨੇ ਫਾਈਲ ਦੇ ਵਿੱਚ, ਭੁੱਲ ਗਏ ਲਗਾ ਲਓ
ਜਾਂ ਉਹਨਾਂ ਤੋਂ ਮਿਸ ਹੋ ਗਈ ਲਗਾ ਲਓ, ਤੇ ਉਹਦੀ ਵਜ੍ਹਾ ਕਰਕੇ ਮੇਰਾ ਮਤਲਬ ਸੈਕਿੰਡ ਟਾਈਮ ਰਿਫਿਊਜ਼ਲ ਆਈ ਵੀ ਤੁਸੀਂ ਤੁਹਾਡੀ ਵਾਈਫ ਇੰਡੀਆ ਆ ਕੇ ਗਏ ਹੈਗੇ ਅਤੇ ਤੁਸੀਂ ਕੋਈ ਮਤਲਬ ਕੋਈ ਬੋਰਡਿੰਗ ਪਾਸ ਨਹੀਂ ਲਗਾਇਆ, ਕੋਈ ਟਿਕਟ ਨਹੀਂ ਲਗਾਈ, ਅਤੇ ਸੈਕਿੰਡ ਵਾਰ ਰੀਜ਼ਨ ਸਰ ਇਹ ਬਣਿਆ, ਮੇਨ ਰੀਜ਼ਨ ਉਹ ਬਣਿਆ ਸੀਗਾ। ਅਤੇ ਜਿਹੜਾ ਪਹਿਲਾ ਲੋਇਰ ਦੂਸਰਾ ਲੋਇਰ ਸੇਮ ਸੀ ਕਿ ਦੂਸਰਾ ਲੋਇਰ ਦੂਸਰਾ ਫਿਰ ਵੱਖਰਾ ਕੀਤਾ? ਸਰ ਪਹਿਲਾਂ ਦੋ ਵਾਰ ਇੱਕ ਲੋਇਰ ਤੋਂ ਲਗਵਾਈ ਫਾਈਲ ਫਸਟ ਅਤੇ ਸੈਕਿੰਡ ਵਾਰ, ਅਤੇ ਥਰਡ ਵਾਰ ਹੋਰ ਲੋਇਰ ਤੋਂ ਲਗਵਾਈ, ਅਤੇ ਫੋਰਥ ਟਾਈਮ ਸਰ ਫਿਰ ਮੈਂ ਮੇਰੇ ਕੋਲ ਟਾਈਮ ਵੀ ਕਾਫੀ ਸੀਗਾ ਕਿਉਂਕਿ ਮੇਰੀ ਵਾਈਫ ਵਰਕ ਪਰਮਿਟ ਦੇ ਹੋਣ ਵਾਲੇ ਸੀਗੇ, ਫਾਈਲ ਲੱਗ ਨਹੀਂ ਸਕਦੀ ਸੀ, ਅਤੇ ਉਸ ਤੋਂ ਬਾਅਦ ਫਿਰ ਕੋਵਿਡ ਆ ਗਿਆ, ਜਦੋਂ ਵਰਕ ਪਰਮਿਟ ਦੇ ਹੋਏ ਕੋਵਿਡ ਆ ਗਿਆ, ਅਤੇ ਫਿਰ ਸਰ ਕਾਫੀ ਟਾਈਮ ਸੀ, ਫਿਰ ਮੈਂ ਸੋਚਿਆ ਵੀ ਮੈਂ ਆਪਣੀ ਫਾਈਲ ਆਪ ਹੀ ਲਗਾਵਾਂ ਕਿਉਂਕਿ ਸਰ ਮੇਰੀ ਫਾਈਲ ਬਾਰੇ ਮੈਂ ਹੀ ਜਾਣਦਾ ਸੀਗਾ ਕਿੱਥੋਂ ਕੀ ਵੀਕ ਪੁਆਇੰਟ ਹੈ ਜਾਂ ਕੀ ਚੀਜ਼ ਮਤਲਬ ਮੈਂ ਕਿੱਥੋਂ ਪ੍ਰੋਪਰ ਕਲੈਕਟ ਕਰਕੇ ਲਗਾ ਸਕਦਾ। ਅਤੇ ਫਿਰ ਸਰ ਮੈਂ ਆਲ ਪੰਜਾਬ ਦੇ ਜਿੰਨੇ ਮੇਨ ਲੋਇਰ ਸੀਗੇ ਆਪਣੇ ਜਾਂ ਕੰਸਲਟੈਂਟ ਨੇਗੇ, ਮੈਂ ਸਾਰਿਆਂ ਦੇ ਕੋਲ ਸਰ ਵਿਜ਼ਿਟ ਕਰਿਆ, ਮਤਲਬ ਕੋਈ ਮਤਲਬ ਇਹ ਸੀਗਾ ਵੀ ਮੈਨੂੰ ਕਿਤੋਂ ਵੀ ਕੋਈ ਵੀ ਜਾਣਕਾਰੀ ਮਿਲੇ ਅਤੇ ਮੈਂ ਆਪਣੀ ਫਾਈਲ ਕਿਉਂਕਿ ਆਪ ਲਗਾਉਣਾ ਚਾਹੁੰਦਾ ਸੀਗਾ। ਅਤੇ ਫਿਰ ਮੇਰਾ ਇੱਕ ਫਰੈਂਡ ਸੀ ਕੰਸਲਟੈਂਟ, ਮੈਂ ਉਹਨਾਂ ਤੋਂ ਆਪਣੀ ਫਾਈਲ ਤਿਆਰ ਕਰਵਾਈ ਅਤੇ ਉਹਨਾਂ ਨੂੰ ਮਤਲਬ ਜੋ ਚੀਜ਼ ਦੱਸਣੀ ਸੀਗੀ ਮੈਂ ਆਪ ਉਹਨਾਂ ਨੂੰ ਦੱਸਿਆ ਵੀ ਇੱਦਾਂ ਇੱਥੇ ਆਹ ਲਿਖੋ, ਜੋ ਆਪਣੇ ਕੈਸ ਦੇ ਵਿੱਚ ਜੋ ਵੀ ਆਪਣੀ ਪ੍ਰੋਬਲਮ ਲੱਗੀ ਉਹਨਾਂ ਦੀ ਜਸਟੀਫਿਕੇਸ਼ਨ ਆਪਾਂ ਇੱਦਾਂ ਦੇਣੀ ਆ। ਅਤੇ ਸਰ ਇਸ ਵਾਰ ਮੈਂ ਆਪਣੀ ਫਾਈਲ ਆਪ ਪ੍ਰੋਪਰ ਤਿਆਰ ਕਰਵਾ ਕੇ ਲਗਾਈ ਸੀ, ਇੱਕ ਕਿਹੜੀ ਪਿੱਕ ਕਿੱਥੇ ਲਗਾਉਣੀ ਆ, ਕਿੱਦਾਂ ਲਗਾਉਣੀ ਆ, ਕਿੰਨੀਆਂ ਵਟਸਐਪ ਪਿੱਕ ਲਗਾਉਣੀ ਜਾਂ ਕੁਛ ਵੀ ਚੀਜ਼ਾਂ, ਮੈਂ ਆਪਣੇ ਵੱਲੋਂ ਯਾਨੀ ਕਿ ਆਪਣੇ ਪੂਰਾ ਬੈਸਟ ਦੇਣ ਦੀ ਕੋਸ਼ਿਸ਼ ਕਰੀ ਸੀ। ਤੁਹਾਡੀ ਫੋਟੋ ਕੱਟ ਰਹੀ ਵਿੱਚ? ਅੱਛਾ, ਸੋ ਜੋ ਗਲਤੀਆਂ ਤੁਹਾਡੇ ਜਿਹੜੀ ਪਹਿਲੀ ਐਪਲੀਕੇਸ਼ਨ ਸੈਕਿੰਡ ਐਪਲੀਕੇਸ਼ਨ ਵਿੱਚ, ਕਿਹੜੇ ਕਿਹੜੇ ਸੁਧਾਰ ਕਰਕੇ ਤੁਸੀਂ ਆਪਣੀ ਐਪਲੀਕੇਸ਼ਨ ਇਸ ਵਾਰ ਇੰਪਰੂਵ ਕੀਤਾ? ਸਰ ਇਸ ਵਾਰ ਐਪਲੀਕੇਸ਼ਨ ਦੇ ਵਿੱਚ ਇਹ ਸੀਗਾ ਵੀ ਚਲੋ ਇੱਕ ਤਾਂ ਜਿਹੜੀ ਥਰਡ ਟਾਈਮ ਮੇਰੀ ਰਿਫਿਊਜ਼ਲ ਆਈ ਸੀ ਉਹਦੇ ਵਿੱਚ ਟਿਕਟ ਵਗੈਰਾ ਦਾ ਇੱਦਾਂ ਇਸ਼ੂ ਸੀਗਾ, ਜਾਂ ਅਤੇ ਕੁਛ ਮੇਰੀ ਫੈਮਿਲੀ ਅਤੇ ਮੇਰੇ ਵਾਈਫ ਦੀ ਫੈਮਿਲੀ ਦੇ ਉਹਨਾਂ ਦੋਨਾਂ ਸਾਈਡ ਤੋਂ ਅਸੀਂ ਸਪੋਰਟ ਆਫ ਐਫੀਡੈਵਿਟ ਲਗਾਏ ਸੀ, ਉਹਨਾਂ ਦੇ ਵਿੱਚ ਵੀ ਪ੍ਰੋਪਰ ਮੈਨਸ਼ਨ ਹੀ ਹੈਗਾ ਸੀਗਾ ਵੀ ਮੇਰੀ ਵਾਈਫ ਇੰਡੀਆ ਆ ਕੇ ਗਏ ਹੈਗੇ, ਅਤੇ ਉਹ ਵਿੱਚ ਆਪਾਂ ਮੈਨਸ਼ਨ ਕਰਵਾਇਆ ਅਤੇ ਟਿਕਟ ਲਗਾਈ, ਬੋਰਡਿੰਗ ਪਾਸ ਲਗਾਇਆ, ਅਤੇ ਹੋਰ ਸਾਰਾ ਡਾਕੂਮੈਂਟ ਜਿੱਦਾਂ ਮੇਰਾ ਬੈਂਕ ਅਕਾਊਂਟ ਦਾ ਥੋੜ੍ਹਾ ਜਿਹਾ ਇਸ਼ੂ ਆ ਰਿਹਾ ਸੀਗਾ, ਅਤੇ ਮੈਂ ਨਵਾਂ ਅਕਾਊਂਟ ਜੁਆਇੰਟ ਅਕਾਊਂਟ ਓਪਨ ਕਰਵਾਇਆ ਸੀ ਜਦ ਸੈਕਿੰਡ ਟਾਈਮ ਮੇਰੀ ਵਾਈਫ ਆਏ ਨੇ, ਅਤੇ ਉਹ ਸਾਰਾ ਅਸੀਂ ਪ੍ਰੋਪਰ ਮੈਨਸ਼ਨ ਕਰਕੇ ਵਿੱਚ ਲਗਾਇਆ, ਅਤੇ ਉਸ ਤੋਂ ਬਿਨਾਂ ਵੋਟਰ ਕਾਰਡ, ਆਧਾਰ ਕਾਰਡ, ਜੋ ਵੀ ਚੀਜ਼ਾਂ ਮਤਲਬ ਸੈਕਿੰਡ ਟਾਈਮ ਉਹਨਾਂ ਨੇ ਵਿਜ਼ਿਟ ਕਰਿਆ ਸੀ ਪ੍ਰੋਪਰ ਬਣਾਈਆਂ ਸੀਗੀਆਂ, ਅਤੇ ਅਸੀਂ ਉਹ ਫਿਰ ਪ੍ਰੋਪਰ ਲਗਾਈਆਂ ਸਰ। ਜੀ, ਜਿਹੜਾ ਤੁਹਾਡਾ ਪਹਿਲਾ ਇੰਟਰਵਿਊ ਹੋ ਚੁੱਕਿਆ, ਉਸ ਇੰਟਰਵਿਊ ਤੋਂ ਬਾਅਦ ਆਹ ਜਿਹੜਾ ਸੈਕਿੰਡ ਇੰਟਰਵਿਊ, ਤੁਹਾਡੀ ਜਿਹੜੀ ਲੈਟਰ ਆਈ ਹੈ, ਤੁਹਾਨੂੰ ਕਿਉਂ ਲੱਗਿਆ ਕਿ ਤੁਹਾਨੂੰ ਟ੍ਰੇਨਿੰਗ ਕੋਚਿੰਗ ਦੀ ਲੋੜ ਹੈ? ਕਿਉਂਕਿ ਸਰ ਇੱਦਾਂ ਸੀਗਾ, ਦੇਖੋ ਮੈਂ ਸਰ ਤੁਹਾਨੂੰ ਦੱਸਦਾ ਇੱਕ ਗੱਲ, ਅਤੇ ਮੈਂ ਹੁਣ ਕਾਫੀ ਵਿਜ਼ਿਟ ਕਰੇ ਹੈਗਾ ਇੱਥੇ ਲੋਇਰ ਕੋਲ, ਕੰਸਲਟੈਂਟ ਕੋਲ, ਅਤੇ ਮੈਨੂੰ ਆਪਦੇ ਆਪ ਨੂੰ ਇੱਦਾਂ ਫੀਲ ਹੁੰਦਾ ਸੀਗਾ ਵੀ ਮੈਂ ਹਾਫ ਲੋਇਰ ਤਾਂ ਬਣ ਹੀ ਚੁੱਕਿਆ ਗਾ, ਵੀ ਹਾਂਜੀ ਹਾਂਜੀ ਸਰ, ਵੀ ਮੈਨੂੰ ਨੌਲੇਜ ਹੈਗੀ ਆ ਕਾਫੀ, ਅਤੇ ਪਰ ਫਿਰ ਵੀ ਸਰ ਅਸੀਂ ਤੁਹਾਨੂੰ ਕਾਫੀ ਟਾਈਮ ਤੋਂ ਸਟਾਰਟਿੰਗ ਦੇ ਵਿੱਚ ਜਦੋਂ ਮੈਂ ਫਸਟ ਟਾਈਮ ਫਾਈਲ ਲਗਾਈ ਆ ਤੁਹਾਨੂੰ ਫੋਲੋ ਕਰਦੇ ਰਹਿੰਦੇ ਸੀਗੇ ਸਰ, ਮਤਲਬ ਤੁਹਾਡੀਆਂ ਜੋ ਵੀ ਵੀਡੀਓ ਆਉਂਦੀਆਂ ਸੀ ਅਸੀਂ ਮਤਲਬ ਚੈੱਕ ਕਰਦੇ ਹੁੰਦੇ ਸੀ ਕਿ ਜੋ ਵੀ ਹੈ ਤੁਹਾਡਾ ਮਤਲਬ ਤੁਸੀਂ ਕਿੱਦਾਂ ਤਿਆਰੀ ਕਰਵਾਉਣੀ ਜਾਂ ਜੋ ਵੀ ਚੀਜ਼ ਆ। ਅਤੇ ਫਿਰ ਜਦੋਂ ਸੈਕਿੰਡ ਟਾਈਮ ਮੇਰੀ ਸਰ ਫਿਰ ਇੰਟਰਵਿਊ ਆਈ, ਅਤੇ ਫਿਰ ਸਰ ਮੈਨੂੰ ਇੱਦਾਂ ਸੋਰੀ ਹੋ ਗਿਆ ਸੀਗਾ ਵੀ ਮੇਰੀ ਬੈਕ ਜੋ ਫਾਈਲ ਹੈਗੀ ਬਹੁਤ ਜ਼ਿਆਦਾ ਵੀਕ ਹੈ, ਵੀ ਮੈਨੂੰ ਸਰ ਮਤਲਬ ਤਿਆਰੀ ਦੀ ਨੀਡ ਹੈਗੀ ਆ। ਮੇਰੇ ਕੰਸਲਟੈਂਟ ਸੀਗੇ ਜੋ ਮੇਰਾ ਫਰੈਂਡ ਹੀ ਸੀ ਸਰ ਵੈਸੇ ਉਹ, ਅਤੇ ਮੈਂ ਉਹਨਾਂ ਨਾਲ ਵੀ ਗੱਲ ਕਰੀ, ਚਲੋ ਉਹ ਆਪਣੇ ਲੈਵਲ 'ਤੇ ਮੈਨੂੰ ਲੱਗ ਰਿਹਾ ਸੀਗਾ ਵੀ ਚਲੋ ਕਰਵਾਉਣ ਦੀ ਕੋਸ਼ਿਸ਼ ਤਾਂ ਕਰ ਰਿਹਾ ਸੀ, ਪਰ ਸਰ ਮੈਂ ਸੈਟਿਸਫਾਈ ਨਹੀਂ ਹੈਗਾ ਸੀਗਾ ਕਿਉਂਕਿ ਸਰ ਮੈਂ ਪਹਿਲਾਂ ਬਹੁਤ 4 ਸਾਲ ਤੋਂ ਮੈਂ ਮਤਲਬ ਵੇਟ ਕਰ ਰਿਹਾ ਸੀਗਾ, ਅਤੇ ਦੇਖ ਰਿਹਾ ਸੀਗਾ ਆਲੇ ਦੁਆਲੇ ਵੀ ਕੀ ਚੱਲ ਰਿਹਾ ਹੈਗਾ, ਤਾਂ ਮੈਨੂੰ ਲੱਗਿਆ ਵੀ ਮੈਨੂੰ ਪ੍ਰੋਪਰ ਮਤਲਬ ਗਾਈਡੈਂਸ ਦੀ ਲੋੜ ਹੈਗੀ ਆ। ਅਤੇ ਫਿਰ ਮੈਂ ਮੇਰੀ ਵਾਈਫ ਨਾਲ ਗੱਲ ਕਰੀ, ਅਤੇ ਉਹ ਪਹਿਲਾਂ ਤੋਂ ਹੀ ਰੈਡੀ ਸੀਗੇ, ਕਹਿੰਦੇ ਵੀ ਆਪਾਂ ਇਸ ਵਾਰ ਸਭ ਤੋਂ ਪਿਛਲੀ ਵਾਰੀ ਆਪਾਂ ਮਿਸ ਕਰ ਗਏ। ਉਸ ਟਾਈਮ ਸਰ ਤੁਹਾਡੀ ਫੀਸ ਵੀ ਮੇਰੇ ਖਿਆਲ $1,000 $1,000 ਹੁੰਦੀ ਸੀਗੀ, ਅਤੇ ਉਸ ਟਾਈਮ ਅਸੀਂ ਤੁਹਾਨੂੰ ਬਸ ਸਾਡੀ ਆਪਦੀ ਗਲਤੀ ਮੰਨੋ ਸਰ, ਜਾਂ ਬਸ ਉਸ ਟਾਈਮ ਸਾਨੂੰ ਪਤਾ ਹੀ ਨਹੀਂ ਸੀਗਾ ਕਿ ਆਪਾਂ ਨੂੰ ਮਤਲਬ ਇੱਦਾਂ ਤਿਆਰੀ ਕਰਨੀ ਚਾਹੀਦੀ ਆ, ਆਪ ਹੀ ਚਲੋ ਟਰਾਈ ਕਰਨ ਦੀ ਕੋਸ਼ਿਸ਼ ਕਰੀ ਉਸ ਟਾਈਮ, ਜਿਹਦੀ ਕਿ ਅਸੀਂ ਸਜ਼ਾ ਫਿਰ 3 ਸਾਲ ਭੁਗਤੀ ਸਰ। ਅਤੇ ਸਰ ਇਸ ਵਾਰ ਫਿਰ ਮੇਰੀ ਵਾਈਫ ਨਾਲ ਜਦੋਂ ਅਸੀਂ ਦੋਵਾਂ ਜਣੇ ਡਿਸਕਸ ਕਰੀ, ਅਤੇ ਫਿਰ ਅਸੀਂ ਸਰ ਪੂਰਾ ਮਨ ਮਨਾ ਕੇ, ਅਤੇ ਫਿਰ ਸਰ ਮੈਂ ਤੁਹਾਡੇ ਨਾਲ ਮਤਲਬ ਕੰਟੈਕਟ ਕਰੇ ਆ, ਅਤੇ ਆਪਾਂ ਹੁਣ ਤਿਆਰੀ ਲੈਣੀ ਹੈ। ਅਤੇ ਸਰ ਸਾਨੂੰ ਇੱਕ ਹੋਰ ਵੀ ਇੱਦਾਂ ਡਾਊਟ ਸੀਗਾ, ਚਲੋ ਮਨੀ ਵਗੈਰਾ ਦਾ ਤਾਂ ਕੋਈ ਸਾਨੂੰ ਇਸ਼ੂ ਹੈ ਨਹੀਂ ਸੀਗਾ ਜ਼ਿਆਦਾ, ਇਹ ਸੀਗਾ ਚਲੋ ਹੁਣ ਆਪਾਂ ਜਦੋਂ ਪ੍ਰੋਪਰ ਲੈਣੀ ਆ 4 ਸਾਲ ਦੇ ਇੱਦਾਂ ਆਪਾਂ ਕਰ ਰਹੇ ਹਾਂਗੇ, ਅਤੇ ਇਸ ਵਾਰ ਚਾਂਸ ਵੀ ਸਾਨੂੰ ਇਹ ਲੱਗ ਰਹੇ ਸੀਗੇ ਵੀ ਇੰਟਰਵਿਊ ਜਦੋਂ ਪਿਛਲੀ ਵਾਰ ਨਹੀਂ ਕਲੀਅਰ ਹੋਈ, 3 ਵਾਰ ਆਪਣੀ ਪਹਿਲਾਂ ਫਾਈਲ ਰਿਫਿਊਜ਼ ਹੋ ਗਈ, ਇਸ ਵਾਰ ਵੀ ਕਲੀਅਰ ਹੋਣੀ ਨਹੀਂ, ਜਾਂ ਜੋ ਸਾਡੀ ਸਟੋਰੀ ਸਾਡੀ ਸਰ ਜੈਨੂਅਨ ਸੀ, ਸਹੀ ਸੀਗੀ, ਪਰ ਸਾਨੂੰ ਐਕਸਪਲੇਨ ਨਹੀਂ ਕਰਨੀ ਆ ਰਹੀ ਸੀਗੀ,
ਇਹਨੂੰ ਆਪਾਂ ਕਿੱਦਾਂ ਮਤਲਬ ਜੋ ਚੀਜ਼ਾਂ ਕਈ ਡਾਕੂਮੈਂਟ ਇੱਦਾਂ ਦੇ ਸਰ ਮੇਰੇ ਉਹ ਮੈਨੂੰ ਇੱਦਾਂ ਸ਼ੋਰ ਹੀ ਨਹੀਂ ਹੈਗਾ ਸੀਗਾ ਵੀ ਮੈਂ ਉਹ ਇੰਟਰਵਿਊ ਦੇ ਵਿੱਚ ਜਾ ਕੇ ਦੱਸਾਂ ਉਹਨਾਂ ਨੂੰ ਜਾਂ ਨਾ ਦੱਸਾਂ, ਇਹਦਾ ਬੈਨੀਫਿਟ ਜਾਊਗਾ ਮੈਨੂੰ ਜਾਂ ਮੇਰੇ ਮਤਲਬ ਲੋਸ ਹੋਊਗਾ ਮੈਨੂੰ ਇਹ ਡਾਕੂਮੈਂਟ ਆਪਣੇ ਐਕਸਪਲੇਨ ਕਰਦਾ ਇੰਟਰਵਿਊ ਦੇ ਵਿੱਚ। ਅਤੇ ਸਰ ਮੈਂ ਫਿਰ ਇਹ ਸੋਚ ਕੇ ਅਸੀਂ ਦੋਵੇਂ ਮੇਰਾ ਅਤੇ ਮੇਰੀ ਵਾਈਫ ਨੇ ਮਨ ਬਣਾ ਕੇ ਫਿਰ ਤੁਹਾਡੇ ਨਾਲ ਕੰਟੈਕਟ ਕਰਕੇ ਮਤਲਬ ਤੁਹਾਡੀ ਇੱਕ ਸਰ ਤੁਹਾਡਾ ਮੈਨੂੰ ਹੋਰ ਬਹੁਤ ਵਧੀਆ ਚੀਜ਼ ਲੱਗੀ ਸੀ ਜਿੱਦਾਂ ਤੁਸੀਂ ਸਰ ਮਤਲਬ ਤੁਸੀਂ ਆਪਣੀ ਉਹ ਦਿੰਦੇ ਆਪਣਾ ਇੰਟਰਵਿਊ ਲਈ ਆਪਣਾ ਉਹ ਦਿੰਦੇ ਹੋਗੇ ਵੀ ਪਹਿਲਾਂ ਤੁਸੀਂ ਤੁਹਾਡੇ ਨਾਲ ਕਾਲ ਕਰਕੇ ਮਤਲਬ ਤੁਹਾਨੂੰ ਪੇ ਕਰਕੇ ਫਿਰ ਤੁਸੀਂ ਅੱਗੇ ਰੈਫਰ ਕਰਦੇ ਹੋਗੇ ਵੀ ਚਲੋ ਇੰਟਰਪ੍ਰੇਟਰ ਇੰਟਰਵਿਊ ਲਈ ਤੁਹਾਡੀ ਤਿਆਰੀ ਕਰਵਾਈ ਜਾਊਗੀ, ਚਾਰ ਸੈਸ਼ਨ ਦਿੱਤੇ ਜਾਣਗੇ ਅਤੇ ਤੁਸੀਂ ਵੀ ਸਰ ਸਾਡੇ ਨਾਲ ਬਹੁਤ ਵਧੀਆ ਮਤਲਬ ਇਹ ਬਿਹੇਵ ਕਰਿਆ ਜੋ ਤੁਸੀਂ ਸਾਨੂੰ ਪਹਿਲਾਂ ਤੋਂ ਹੀ ਮਤਲਬ ਇੰਟਰਵਿਊ ਦੀ ਤਿਆਰੀ ਲਈ ਰਿਕਮੈਂਡ ਕਰਿਆ। ਇਹ ਸਰ ਮੈਨੂੰ ਤੁਹਾਡੀ ਬਹੁਤ ਵਧੀਆ ਗੱਲ ਲੱਗੀ ਕਿਉਂਕਿ ਸਰ ਵੈਸੇ ਇੱਦਾਂ ਹੁੰਦਾ ਤੁਹਾਡੇ ਨਾਲ ਪਹਿਲਾਂ ਅਸੀਂ ਗੱਲ ਕਰਦੇ ਅਤੇ ਫਿਰ ਤੁਸੀਂ ਅੱਗੇ ਰੈਕਮੈਂਡ ਕਰਦੇ ਤੁਹਾਨੂੰ ਵੀ ਪੇ ਕਰਨਾ ਪੈਂਦਾ ਅਤੇ ਫਿਰ ਇੰਟਰਵਿਊ ਲਈ ਵੀ ਪੇ ਕਰਨਾ ਪੈਂਦਾ। ਇਹ ਸਰ ਤੁਹਾਡਾ ਬਹੁਤ ਵਧੀਆ ਪੁਆਇੰਟ ਲੱਗਿਆ ਸਰ ਮੈਨੂੰ। ਤੁਸੀਂ ਕੁਛ ਆਪਣੇ ਬਾਰੇ ਦੱਸ ਚੁੱਕੇ ਕਿ ਕੁਛ ਤੁਹਾਡੇ ਰਿਲੇਸ਼ਨਸ਼ਿਪ ਸਟੋਰੀ ਇਸ ਤਰ੍ਹਾਂ ਦੀ ਹੈ ਕਿ ਜਿਹੜੀ ਤੁਸੀਂ ਨਹੀਂ ਐਕਸਪਲੇਨ ਕਰ ਸਕੇ ਜਾਂ ਤੁਹਾਨੂੰ ਪਤਾ ਨਹੀਂ ਸੀ, ਕੋਈ ਐਗਜ਼ਾਮਪਲ ਦਿਓਗੇ ਕਿ ਕਿਹੋ ਜਿਹੀ ਚੀਜ਼ ਸੀਗੀ ਜਿਹੜੀ ਤੁਸੀਂ ਨਹੀਂ ਐਕਸਪਲੇਨ ਕਰ ਸਕਦੇ ਸੀ ਪਹਿਲਾਂ ਵੀ ਅਤੇ ਹੁਣ ਤੁਹਾਨੂੰ ਪਰੇਸ਼ਾਨੀ ਆ ਰਹੀ ਸੀ ਕਿਵੇਂ ਐਕਸਪਲੇਨ ਕਰਨਾ, ਕੋਈ ਲਵ ਮੈਰਿਜ ਦਾ ਲਵ ਮੈਰਿਜ ਹੈ ਨਾ? ਹਾਂਜੀ ਹਾਂਜੀ ਸਰ, ਕੋਈ ਐਗਜ਼ਾਮਪਲ ਉਹ ਸਾਡਾ, ਹਾਂਜੀ ਸਰ ਪਹਿਲਾਂ ਤੋਂ ਸਾਡਾ ਰਿਲੇਸ਼ਨ ਸੀ ਸਰ, ਅਸੀਂ ਆਪਣੀ ਫੈਮਿਲੀ ਨੂੰ ਮਤਲਬ ਮਨਾਇਆ ਸਰ ਪਹਿਲਾਂ ਅਸੀਂ ਦੋਵੇਂ ਸਾਈਡ ਤੋਂ ਅਤੇ ਫਿਰ ਸਰ ਸਾਡੀ ਮੈਰਿਜ ਦੀ ਮਤਲਬ ਅੱਗੇ ਗੱਲਬਾਤ ਚੱਲੀ, ਮੈਰਿਜ ਦੀ ਡੇਟ ਸਾਡੀ ਫਿਕਸ ਹੁੰਦੀ ਆ। ਮੈਰਿਜ ਸਾਡੀ ਲੇਟ ਹੋਣ ਦਾ ਕਾਰਨ ਇਹ ਸੀਗਾ ਜੋ ਮੇਰੀ ਵਾਈਫ ਦੇ ਸਿਸਟਰ ਸੀਗੇ ਉਹ ਏਜ ਦੇ ਵਿੱਚ ਮੇਰੀ ਵਾਈਫ ਤੋਂ ਵੱਡੇ ਸੀਗੇ, ਉਹਨਾਂ ਦੀ ਮੈਰਿਜ ਤੋਂ ਬਾਅਦ ਹੀ ਸਾਡੀ ਮੈਰਿਜ ਹੋਣੀ ਸੀਗੀ। ਠੀਕ ਹੈ ਸਰ, ਅਸੀਂ ਮੈਂ ਅਤੇ ਮੇਰੀ ਵਾਈਫ ਨੇ ਇਹ ਸੋਚ ਰੱਖਿਆ ਸੀਗਾ ਵੀ ਚਲੋ ਆਪਾਂ ਮੈਰਿਜ ਕਰਵਾਉਣੀ ਆ ਜਲਦੀ ਤੋਂ ਜਲਦੀ ਕਰਵਾਉਣੀ ਆ, ਵੀਜ਼ਾ ਚੱਲੇ ਆਵੇ ਨਾ ਆਵੇ, ਕਿਉਂਕਿ ਅਸੀਂ ਸਰ ਇਹਦਾ ਡਿਸੀਜਨ ਲੈ ਚੁੱਕੇ ਸੀ ਵੀ ਚਲੋ ਅਸੀਂ ਮੈਰਿਜ ਕਰਵਾਉਣੀ ਆ। ਅਤੇ ਅਸੀਂ ਸਰ ਫਿਰ ਮੈਰਿਜ ਲਈ ਮਤਲਬ ਉਹਨਾਂ ਦੀ ਮੇਰੀ ਵਾਈਫ ਦੀ ਸਿਸਟਰ ਦੀ ਮੈਰਿਜ ਤੋਂ ਬਾਅਦ ਹੀ ਸਾਡੀ ਮੈਰਿਜ ਹੋਣੀ ਸੀਗੀ ਅਤੇ ਉਹਨਾਂ ਦੀ ਵੇਟ ਕਰਦੇ ਸਰ ਸਾਡੀ ਮੈਰਿਜ ਲੇਟ ਹੋ ਗਈ ਅਤੇ ਅਸੀਂ ਮੈਰਿਜ ਦੀ ਡੇਟ ਰੱਖ ਚੁੱਕੇ ਸੀਗੇ, ਸਡਨਲੀ ਸਾਡਾ ਚਾਰ ਦਿਨ ਪਹਿਲਾਂ ਵੀਜ਼ਾ ਆ ਜਾਂਦਾ। ਇਹ ਸਰ ਚੀਜ਼ ਮੈਂ ਮਤਲਬ ਇੰਟਰਵਿਊ ਦੇ ਵਿੱਚ ਮੈਨੂੰ ਸਮਝ ਨਹੀਂ ਲੱਗ ਰਹੀ ਸੀ ਵੀ ਕਿੱਦਾਂ ਐਕਸਪਲੇਨ ਕਰਾਂ, ਕਿਉਂਕਿ ਸਰ ਉਹਨਾਂ ਨੇ ਇਹ ਚੀਜ਼ ਮੰਨਣੀ ਨਹੀਂ ਨਾ ਸੀਗੀ ਵੀ ਇਹ ਤੁਹਾਡਾ ਵੀਜ਼ਾ ਬਾਅਦ ਦੇ ਵਿੱਚ ਵੀਜ਼ਾ ਪਹਿਲਾਂ ਆਇਆ ਅਤੇ ਫਿਰ ਤੁਸੀਂ ਮੈਰਿਜ ਡੇਟ ਫਿਕਸ ਕਰੀ ਅਤੇ ਫਿਰ ਸਰ ਸਾਡਾ ਮਤਲਬ ਫੋਟੋਗ੍ਰਾਫਸ ਵਿੱਚ ਅਸੀਂ ਅੰਗੇਜਮੈਂਟ ਦੀਆਂ ਇੱਦਾਂ ਲਗਾ ਚੁੱਕੇ ਸੀਗੇ, ਉਹ ਅੰਗੇਜਮੈਂਟ ਨਹੀਂ ਸਾਡੀ ਹੋਈ ਸੀਗੀ, ਉਸ ਦਿਨ ਅਸੀਂ ਮੈਂ ਉਹਦੀ ਮੈਰਿਜ ਹੀ ਫਿਕਸ ਕਰੀ ਸੀਗੀ ਦੋਵੇਂ ਫੈਮਲੀ ਨੂੰ ਬੁਲਾ ਕੇ ਅਤੇ ਉਹ ਸਰ ਵਿੱਚ ਉਹਦਾ ਮੈਰਿਜ ਦਾ ਉਹ ਬਣ ਰਿਹਾ ਸੀਗਾ ਜੋ ਸੁਖਮਨ ਸਰ ਨੇ ਮੈਨੂੰ ਸਮਝਾਇਆ ਵੀ ਮੇਰਾ ਪੂਰਾ ਟਾਈ ਇੱਦਾਂ ਬਣਦਾ ਪਿਆ ਸੀਗਾ ਵੀ ਪਹਿਲਾਂ ਆਪਣੇ ਬੈਂਡ ਆਉਂਦੇ ਆ, ਫਿਰ ਰਿਲੇਸ਼ਨ ਦੀ ਗੱਲ ਚੱਲਦੀ ਆ, ਰਿਸ਼ਤੇ ਦੀ ਗੱਲ ਚੱਲਦੀ ਆ, ਫਿਰ ਅੰਗੇਜਮੈਂਟ ਹੁੰਦੀ ਆ ਜੋ ਕਿ ਸਰ ਅੰਗੇਜਮੈਂਟ ਸਾਡੀ ਹੈ ਨਹੀਂ ਸੀਗੀ, ਅਤੇ ਫਿਰ ਉਸ ਤੋਂ ਬਾਅਦ ਫਿਰ ਜਦੋਂ ਵੀਜ਼ਾ ਆ ਜਾਂਦਾ ਫਿਰ ਮੈਰਿਜ ਹੁੰਦੀ ਆ, ਇੱਦਾਂ ਟਾਈ ਅਪ ਸੋ ਹੁੰਦੇ ਪਏ ਸੀਗੇ ਜੋ ਕਿ ਉੱਦਾਂ ਪ੍ਰੋਪਰ ਹੈ ਨਹੀਂ ਸੀਗੇ, ਮੈਰਿਜ ਦਾ ਸਾਡਾ ਪਲਾਨ ਪਹਿਲਾਂ ਤੋਂ ਹੀ ਹੈਗਾ ਸੀਗਾ। ਅਤੇ ਇੱਦਾਂ ਕਰਕੇ ਫਿਰ ਸੁਖਮਨ ਸਰ ਨੇ ਪੂਰੀ ਪੂਰਾ ਗਾਈਡ ਕਰਿਆ ਅਤੇ ਉਹਨਾਂ ਨੇ ਬਹੁਤ ਬਰੀਕੀ ਨਾਲ ਸਰ ਮਤਲਬ ਗਾਈਡ ਕਰਿਆ, ਉਹਨਾਂ ਨੇ ਪੁਆਇੰਟ ਇੱਦਾਂ ਦੇ ਸਮਝਾਏ ਮੈਨੂੰ, ਮਤਲਬ ਮੈਂ ਇਹ ਦਿਲ ਤੋਂ ਹੀ ਧੰਨਵਾਦ ਕਰਦਾ ਉਹਨਾਂ ਦਾ ਵੀ ਜੋ ਉਹਨਾਂ ਨੇ ਮੈਨੂੰ ਇੰਨਾ ਪ੍ਰੋਪਰ ਗਾਈਡ ਕਰਿਆ। ਪਹਿਲੇ ਦਿਨ ਇੱਕ ਸਰ ਫੋਰ ਸੈਸ਼ਨ ਸੀਗੇ, ਮੈਨੂੰ ਸਰ ਇੱਦਾਂ ਲੱਗਦਾ ਸੀਗਾ ਮੈਂ ਪਿਛਲੀ ਵਾਰ ਮੇਰੀ ਇੰਟਰਵਿਊ ਮਤਲਬ ਮੈਂ ਰਿਜੈਕਟ ਹੋਇਆ ਇੰਟਰਵਿਊ ਦੇ ਵਿੱਚੋਂ, ਅਤੇ ਮੈਨੂੰ ਇਹ ਵੀ ਫੀਲ ਹੁੰਦਾ ਸੀਗਾ ਵੀ ਚਾਰ ਸੈਸ਼ਨ ਦੇ ਵਿੱਚ ਇੱਦਾਂ ਕਿੱਦਾਂ ਕੰਪਲੀਟ ਹੋ ਸਕਦਾ ਗਾ ਸਾਰਾ ਕੁਝ ਜੋ ਇੱਦਾਂ ਸਟੋਰੀ ਹੈ। ਅਤੇ ਸੁਖਮਨ ਸਰ ਦੀ ਇੱਕ ਸਰ ਮੈਂ ਮਤਲਬ ਚੀਜ਼ ਦੀ ਸਿਫਤ ਮੰਨਦਾ, ਉਹਨਾਂ ਨੇ ਪਹਿਲੇ ਦਿਨ ਮੈਨੂੰ ਇੱਕ ਘੰਟਾ ਕਾਲ ਕਰੀ, 1 ਘੰਟਾ 13 ਮਿੰਟ, ਅਤੇ ਉਸ ਦਿਨ ਉਹਨਾਂ ਨੇ ਮੈਨੂੰ ਕੁਐਸਚਨ ਦੱਸੇ ਵੀ ਆਹ ਕੁਐਸਚਨ ਤੁਸੀਂ ਮਤਲਬ ਚੰਗੀ ਤਰ੍ਹਾਂ ਤਿਆਰ ਕਰੋ ਜੋ ਤੁਹਾਡੇ ਰਿਲੇਟਡ ਨੇਗੇ ਡੇਟਸ ਨੇ ਤੁਹਾਡੀਆਂ ਜੋ ਵੀ ਚੀਜ਼ ਹੈਗੀਆਂ ਗੀਆਂ ਇਹ ਚੀਜ਼ਾਂ ਪ੍ਰੋਪਰ ਤੁਸੀਂ ਯਾਦ ਕਰੋ ਕੀ ਗੱਲਬਾਤ ਆ ਗਈ, ਕਦੋਂ ਤੁਹਾਡੀ ਵਾਈਫ ਗਏ ਹੈਗੇ, ਕਦੋਂ ਆਏ ਹੈਗੇ, ਜੋ ਵੀ ਸੀਨ ਹੈਗਾ ਤੁਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਆਪਣੇ ਦਿਮਾਗ ਦੇ ਵਿੱਚ ਫਿੱਟ ਕਰੋ। ਅਤੇ ਉਸ ਤੋਂ ਬਾਅਦ ਉਹਨਾਂ ਨੇ ਕੁਛ ਹੋਰ ਕੁਐਸਚਨ ਜੋ ਬਣਦੇ ਸੀਗੇ ਉਹ ਸਾਨੂੰ ਪ੍ਰੋਪਰ ਤਰੀਕੇ ਨਾਲ ਮਤਲਬ ਸਮਝਾਏ ਮੈਨੂੰ ਅਤੇ ਮੇਰੀ ਵਾਈਫ ਦੋਵਾਂ ਨੂੰ। ਅਤੇ ਉਸ ਤੋਂ ਬਾਅਦ ਇੱਕ ਦਿਨ 1 ਘੰਟੇ ਦੀ ਉਹ ਹੋਈ, ਉਸ ਤੋਂ ਬਾਅਦ 1 ਘੰਟੇ ਦੀ ਫਿਰ ਉਹਨਾਂ ਨੇ ਅਗਲੇ ਦਿਨ ਸਾਡੇ ਤੋਂ ਕੁਛ ਕੁਐਸਚਨ ਮਤਲਬ ਸਾਨੂੰ ਪੁੱਛੇ ਵੀ ਤੁਹਾਡੇ ਮਤਲਬ ਜੋ ਤੁਹਾਡਾ ਰਿਲੇਸ਼ਨ ਹੈਗਾ ਤੁਹਾਨੂੰ ਚੰਗੀ ਤਰ੍ਹਾਂ ਹੁਣ ਪਤਾ ਲੱਗ ਗਿਆ, ਅਤੇ ਫਿਰ ਕੁਛ ਕੁਐਸਚਨ ਮਤਲਬ ਉਹਨਾਂ ਨੇ ਹੋਰ ਸਾਨੂੰ ਦੱਸੇ। 2 ਘੰਟੇ ਦੀ ਇੰਟਰਵਿਊ ਬਸ ਉਹਨਾਂ ਨੇ ਮਤਲਬ ਸੈਸ਼ਨ ਦਿੱਤਾ ਸਰ ਸਾਨੂੰ 2 ਘੰਟੇ ਦੇ ਵਿੱਚ। ਜਦੋਂ ਤੀਸਰੀ ਵਾਰ ਉਹਨਾਂ ਨੇ ਮੈਨੂੰ ਕਾਲ ਕਰੀ, ਪਹਿਲੀ ਇੰਟਰਵਿਊ ਦੇ ਵਿੱਚ ਪਹਿਲੇ ਸੈਸ਼ਨ ਦੇ ਵਿੱਚ ਮੈਂ ਬਿਲਕੁਲ ਮੈਨੂੰ ਆਪ ਨੂੰ ਖੁਦ ਨੂੰ ਨਹੀਂ ਸਮਝ ਲੱਗ ਰਹੀ ਸੀ ਮੈਂ ਸਰ ਨੂੰ ਕੀ ਦੱਸਾਂ, ਸਰ ਕੀ ਪੁੱਛ ਰਹੇ ਨੇ, ਇੱਕ ਦਿਨ ਨਾਲ ਮੈਨੂੰ ਮਤਲਬ ਹੈਜੀਟੇਸ਼ਨ ਫੀਲ ਹੋ ਰਹੀ ਸੀਗੀ। ਅਤੇ 2 ਇੰਟਰਵਿਊ ਤੋਂ ਬਾਅਦ ਜਦੋਂ ਤੀਸਰੀ ਵਾਰ ਸੈਸ਼ਨ ਕਰਿਆ ਸਰ ਨੇ ਮੇਰਾ ਅਤੇ ਕੁਐਸਚਨ ਕਰੇ ਮੈਨੂੰ, ਅਤੇ ਉਹਨਾਂ ਦਾ ਮੈਂ ਪੂਰਾ ਪ੍ਰੋਪਰ ਜਵਾਬ ਦਿੱਤਾ ਸਰ ਨੂੰ। ਸਰ ਵੀ ਕਹਿੰਦੇ ਬਹੁਤ ਵਧੀਆ ਤਿਆਰੀ ਕਰੀ ਆ ਤੁਸੀਂ, ਵੀ ਮਤਲਬ ਜੋ ਤੁਹਾਡਾ ਰਿਲੇਸ਼ਨ ਸੀਗਾ ਉਹਨੂੰ ਪੂਰਾ ਚੰਗੀ ਤਰ੍ਹਾਂ ਸਮਝ ਕੇ ਅਤੇ ਪੂਰਾ ਜੈਨੂਇਨ ਤਰੀਕੇ ਨਾਲ ਤੁਸੀਂ ਮੈਨੂੰ ਸਾਰੀ ਸਟੋਰੀ ਦੱਸੀ ਹੈਗੀ, ਅਤੇ ਮਤਲਬ ਇਹ ਤੁਹਾਡੀ ਪ੍ਰੋਪਰ 1.5 ਘੰਟੇ ਦੇ ਵਿੱਚ ਮੈਂ ਸਰ ਨੂੰ ਕਹਿਤਾ ਸੀਗਾ। ਸਰ ਕਹਿੰਦੇ ਕੋਈ ਹੋਰ ਤੁਹਾਡਾ ਕੁਐਸਚਨ ਹੈਗਾ, ਇੱਕ ਅੱਧਾ ਮੇਰਾ ਕੁਐਸਚਨ ਹੈਗਾ ਸੀ ਉਹ ਮੈਂ ਸਰ ਨਾਲ ਡਿਸਕਸ ਕਰ ਲਿਆ,
ਤੇ ਮੇਰੇ ਮਤਲਬ ਜਵਾਬ ਵੀ ਤੇ ਤੁਹਾਡੇ ਕੁਐਸਚਨ ਵੀ ਹੁਣ ਖਤਮ ਹੀ ਹੋ ਚੁੱਕੇ ਨੇ ਆਲਮੋਸਟ। ਤੇ ਫਿਰ ਫੋਰਥ ਸੈਸ਼ਨ ਲਈ ਸਰ ਨੇ ਜਦੋਂ ਮੈਨੂੰ ਕਾਲ ਕਰੀ ਵੀ ਕੋਈ ਹੈ ਇੱਦਾਂ ਦਾ ਕੁਐਸਚਨ, ਮੈਂ ਕਿਹਾ ਸਰ ਤੁਸੀਂ ਬਸ ਰੈਪਿਡਲੀ ਜੇ ਦੋ ਚਾਰ ਕੁਐਸਚਨ ਪੁੱਟ ਕਰਨੇ ਤਾਂ ਕਰ ਲਓ, ਵੈਸੇ ਮੈਨੂੰ ਇੱਦਾਂ ਫੀਲ ਲੱਗਦਾ ਨਹੀਂ ਵੀ ਕੋਈ ਕੁਐਸਚਨ ਆਪਣਾ ਰਹਿ ਗਿਆ। ਤੇ ਸਰ ਨੇ ਫਿਰ ਕਾਲ, ਮੈਂ ਦੋ ਚਾਰ ਕੁ ਮੈਨੂੰ ਕੁਐਸਚਨ ਕਰੇ ਤੇ ਉਹਨਾਂ ਦਾ ਮੈਂ ਵਧੀਆ ਜਵਾਬ ਦਿੱਤਾ। ਸਰ ਕਹਿੰਦੇ ਵੀ ਦੇਖ ਲਓ ਹੁਣ, ਮੈਂ ਕਿਹਾ ਸਰ ਮੇਰੀ ਪੂਰੀ ਫੁੱਲ ਤਿਆਰੀ ਆ, ਦੋ ਸੈਸ਼ਨ ਦੇ ਵਿੱਚ ਮੇਰੀ ਪੂਰੀ ਫੁੱਲ ਤਿਆਰੀ ਹੋ ਗਈ, ਜੋ ਕਿ ਮੈਨੂੰ ਲੱਗਦਾ ਸੀ ਚਾਰ ਸੈਸ਼ਨ ਦੇ ਵਿੱਚ ਪੂਰੀ ਨਹੀਂ ਹੋਣੀ। ਤੇ ਬਾਕੀ ਸਰ ਨੇ ਫਿਰ ਵੀ ਮੈਨੂੰ ਨੰਬਰ ਦੇ ਕੇ ਰੱਖਿਆ ਇੰਟਰਵਿਊ ਤੇ ਜਾਣ ਤੋਂ ਪਹਿਲਾਂ ਵੀ ਕੋਈ ਕੁਐਸਚਨ ਹੋਵੇ, ਕੋਈ ਤੁਹਾਨੂੰ ਪ੍ਰੋਬਲਮ ਲੱਗੇ ਤਾਂ ਤੁਸੀਂ ਮੇਰੇ ਨਾਲ ਡਾਊਟ ਮਤਲਬ ਕੋਈ ਵੀ ਆਪਣਾ ਕੁਐਸਚਨ ਸ਼ੇਅਰ ਕਰ ਸਕਦੇ ਹੋ ਕਿਸੇ ਟਾਈਮ ਵੀ, ਮੈਂ ਸੁੱਤਾ ਵੀ ਹੋਵਾਂ ਜਾਂ ਕੋਈ ਵੀ ਚੀਜ਼ ਆ। ਤੇ ਸਰ ਪਰ ਮੇਰਾ ਕੌਨਫੀਡੈਂਸ ਇੰਨਾ ਜ਼ਿਆਦਾ ਬਿਲਡ ਹੋਇਆ ਕਿ ਮੈਨੂੰ ਕੋਈ ਲੱਗਿਆ ਹੀ ਨਹੀਂ, ਮੈਂ ਸਰ ਨੂੰ ਕਾਲ ਵੀ ਨਹੀਂ ਕਰੀ, ਇੰਟਰਵਿਊ ਤੋਂ ਬਾਅਦ ਹੀ ਸਰ ਨੂੰ ਮੈਂ ਕਾਲ ਕਰੀ ਜਦੋਂ ਇੰਟਰਵਿਊ ਮੈਂ ਦੇ ਕੇ ਆ ਗਿਆ। ਤੇ ਮਤਲਬ ਮੇਰਾ ਕੋਈ ਕੁਐਸਚਨ ਰਹਿ ਨਹੀਂ ਗਿਆ ਸੀਗਾ, ਮੇਰਾ ਪੂਰਾ ਐਨ ਸ਼ੁਰੂ ਤੋਂ ਲੈ ਕੇ ਐਂਡ ਤੱਕ ਪੂਰੀ ਸਟੋਰੀ ਤੇ ਮੈਨੂੰ ਐਕਸਪਲੇਨ ਕਰਨ ਲਈ ਵੀ ਮਤਲਬ ਪੂਰੇ ਮਤਲਬ ਵਰਡ ਹੈਗੇ ਸੀਗੇ ਜੋ ਮੈਂ ਐਕਸਪਲੇਨ ਕਰ ਸਕਦਾ ਉਹਨਾਂ ਨੂੰ। ਇੰਟਰਵਿਊ ਦੇ ਟਾਈਮ ਇਸ ਤਰ੍ਹਾਂ ਦੇ ਕੋਈ ਸਵਾਲ ਪੁੱਛੇ ਗਏ ਜਿਹੜੇ ਪਹਿਲੇ ਇੰਟਰਵਿਊ 'ਚ ਨਹੀਂ ਪੁੱਛੇ ਗਏ, ਜਿਹੜੇ ਹੁਣ ਨਵੇਂ ਨਵੇਂ ਤਰੀਕੇ ਨਾਲ ਜਾਂ ਨਵੇਂ ਸਵਾਲ ਪੁੱਛੇ ਗਏ ਜਿਹੜੇ ਤੁਹਾਨੂੰ ਪਤਾ ਨਹੀਂ ਸੀ ਕਿ ਵੀ ਪਹਿਲਾਂ ਨਹੀਂ ਪੁੱਛੇ ਗਏ? ਹਾਂਜੀ ਸਰ, ਇੱਦਾਂ ਸੀਗੇ ਸਰ, ਆਲਮੋਸਟ ਸਾਰੇ ਕੁਐਸਚਨ ਮੇਰੇ ਤੋਂ ਪਿਛਲੀ ਇੰਟਰਵਿਊ ਦੇ ਨਾਲ ਰਿਲੇਟਿਵ ਹੈ ਨਹੀਂ ਸੀਗੇ ਮੇਰੇ। ਤੇ ਦੋ ਚਾਰ ਕੁ ਕੁਐਸਚਨ ਮਤਲਬ ਸੇਮ ਹੈਗੇ ਸੀਗੇ, ਜਿੱਦਾਂ ਉਹੀ ਉਹਨਾਂ ਦਾ ਕੁਐਸਚਨ ਸੀਗਾ ਮੈਰਿਜ ਵੀਜ਼ੇ ਤੋਂ ਬਾਅਦ ਆਲਾ, ਮਤਲਬ ਘੁਮਾ ਕੇ ਕੁਐਸਚਨ ਪੁੱਛੇ ਗਏ, ਮਤਲਬ ਐਜ਼ ਇਟ ਪਿਛਲੀ ਇੰਟਰਵਿਊ ਦੀ ਤਰ੍ਹਾਂ ਨਹੀਂ ਕੁਐਸਚਨ ਸਰ ਪੁੱਟ ਹੋਏ ਮੈਨੂੰ। ਤੇ ਪਿਛਲੀ ਵਾਰ ਤਾਂ ਮਤਲਬ ਉਹ ਇੰਗਲਿਸ਼ ਦੇ ਵਿੱਚ ਲੈ ਰਹੇ ਸੀਗੇ ਤੇ ਇੰਟਰਪ੍ਰੇਟਰ ਟ੍ਰਾਂਸਲੇਟ ਕਰਦਾ ਸੀਗਾ, ਇਸ ਵਾਰ ਸਰ ਇੰਟਰਪ੍ਰੇਟਰ ਨੂੰ ਉਹਨਾਂ ਨੇ ਬਾਹਰ ਕਰਤਾ ਸੀਗਾ ਤੇ ਮਤਲਬ ਮੈਂ ਡਾਇਰੈਕਟ ਉਹਨਾਂ ਦੇ ਨਾਲ ਪੰਜਾਬੀ ਦੇ ਵਿੱਚ ਹੀ ਇੱਦਾਂ ਗੱਲਬਾਤ ਕਰੀ ਸਾਰੀ ਜੀ। ਕੁਐਸਚਨ ਸਰ ਮਤਲਬ ਇੰਟਰਵਿਊ ਮੇਰੀ ਬਹੁਤ ਜ਼ਿਆਦਾ ਟਫ ਹੋਈ ਸਰ ਇਸ ਵਾਰ, ਮੈਨੂੰ ਆਪ ਨੂੰ ਫੀਲ ਹੋਇਆ ਸਰ ਜੀ। ਕੁਝ ਸਵਾਲ ਦੱਸੋ ਜਿਹੜੇ ਕੁਝ ਸਵਾਲ ਪੁੱਛ ਗਏ, ਕੁਝ ਖਾਸ ਜਿਹੜੇ ਤੁਹਾਨੂੰ ਚੇਤੇ, ਤੁਹਾਨੂੰ ਕੋਈ ਖਾਸ? ਹਾਂਜੀ ਸਰ ਮੇਰੇ ਸਾਥ ਜਿਹੜੇ ਉਹ ਸੈਟੀਸਫਾਈਡ ਹੋ ਗਏ ਜਾਂ ਨਹੀਂ ਸੈਟੀਸਫਾਈਡ ਹੋ ਗਏ? ਸਰ ਜਿੰਨੀ ਮੇਰੀ ਇੰਟਰਵਿਊ ਹੋਈ ਹੈ ਸਰ, ਉਹਦੇ ਵਿੱਚ ਮਤਲਬ ਆਪਣੇ ਵੀਜ਼ਾ ਅਫਸਰ ਨੇ ਸਰ ਇਹ ਸ਼ੋਅ ਕਰਿਆ ਗਾ ਵੀ ਉਹ ਮੇਰੇ ਕਿਸੇ ਵੀ ਆਨਸਰ ਤੋਂ ਸੈਟੀਸਫਾਈ ਨਹੀਂ ਹੋਏ। ਅੱਛਾ, ਪਰ ਸਰ ਮੈਂ ਸਰ ਮਤਲਬ ਕੌਨਫੀਡੈਂਸ ਮੇਰੇ ਵਿੱਚ ਪੂਰਾ ਫੁੱਲ ਸੀਗਾ, ਮਤਲਬ ਮੈਨੂੰ ਇਹ ਸੀਗਾ ਵੀ ਹਾਂ। ਅਤੇ ਮੈਨੂੰ ਗਾਈਡੈਂਸ ਵੀ ਸੁਖਮਨ ਸਰ ਨੇ ਵਧੀਆ ਦਿੱਤੀ ਸੀਗੀ, ਅਤੇ ਮਤਲਬ ਮੈਨੂੰ ਇੱਦਾਂ ਫੀਲ ਹੁੰਦਾ ਸੀਗਾ ਵੀ ਹਾਂ ਮੈਂ ਸੈਟੀਸਫਾਈ ਕਰ ਸਕਦਾ ਇਹਨਾਂ ਨੂੰ। ਉਹਨਾਂ ਨੇ ਸਟਾਰਟਿੰਗ ਦੇ ਵਿੱਚੋਂ ਹੀ ਲੈ ਕੇ ਮੇਰੇ 'ਤੇ ਸਰ ਮਤਲਬ ਇੱਦਾਂ ਟਾਰਗੇਟ ਕਰਕੇ ਰੱਖਿਆ ਕੁਐਸਚਨਾਂ ਦਾ, ਮਤਲਬ ਮੈਨੂੰ ਇੱਦਾਂ ਫੀਲ ਹੁੰਦਾ ਸੀਗਾ ਵੀ ਅੱਜ ਮੇਰੀ ਮਤਲਬ ਪੂਰੀ ਸ਼ਾਮ ਤਾਂ ਆਉਣ ਵਾਲੀ ਹੈ ਸਟਾਰਟਿੰਗ ਦੇ ਵਿੱਚੋਂ ਹੀ। ਹਾਂਜੀ, ਅਤੇ ਸਟਾਰਟਿੰਗ ਦੇ ਵਿੱਚੋਂ ਹੀ ਸਰ ਮੈਨੂੰ ਜਾਂਦੇ ਨੂੰ ਮੇਰਾ ਪਾਸਪੋਰਟ ਚੈੱਕ ਕਰਿਆ, ਪਾਸਪੋਰਟ ਚੈੱਕ ਕਰਨ ਤੋਂ ਬਾਅਦ ਅਤੇ ਮੇਰੇ ਬਾਰੇ ਪੁੱਛਿਆ ਥੋੜ੍ਹਾ ਬਹੁਤ ਉਹਨਾਂ ਨੇ ਕੀ ਕਰਦੇ ਹੋ ਕੀ ਉਹ, ਮੈਂ ਚਲੋ ਸਰ ਆਪਣਾ ਦੱਸਤਾ ਵੀ ਇੱਦਾਂ ਮੈਂ ਜੋਬ ਕਰਦਾ ਜੋ ਵੀ ਚੀਜ਼ ਆ। ਅਤੇ ਉਸ ਤੋਂ ਬਾਅਦ ਵਾਈਫ ਰਿਲੇਟਡ ਥੋੜ੍ਹਾ ਬਹੁਤ ਮਤਲਬ ਉਹਨਾਂ ਨੇ ਨੋਰਮਲ ਜਿਹਾ ਕੁਐਸਚਨ ਪੁੱਛ ਕੇ ਕੀ ਨਾਮ ਆ, ਡੇਟ ਆਫ ਬਰਥ ਇੱਦਾਂ, ਅਤੇ ਮੇਰੇ ਡਾਕੂਮੈਂਟ ਸਰ ਬਾਹਰ ਰਖਾ ਲਏ ਉਹਨਾਂ ਨੇ, ਕਹਿੰਦੇ ਵੀ ਆਪਣੀ ਐਲਬਮ ਬਾਹਰ ਰੱਖ ਲਓ, ਡਾਕੂਮੈਂਟ ਜੋ ਤੁਹਾਡੇ ਮੇਨ ਨੇ ਉਹਨਾਂ ਨੂੰ ਮਤਲਬ ਸਾਈਡ 'ਤੇ ਕਰ ਲਓ। ਅਤੇ ਉਸ ਤੋਂ ਬਾਅਦ ਸਰ ਉਹਨਾਂ ਨੇ ਮਤਲਬ ਕੁਐਸਚਨ ਕਰਨੇ ਮੈਨੂੰ ਸਟਾਰਟ ਕਰਤੇ। ਅਤੇ ਕੁਐਸਚਨ ਸੀਗੇ ਸਰ ਜਿੱਦਾਂ ਉਹਨਾਂ ਦਾ ਪਹਿਲਾਂ ਹੀ ਸਰ ਕੁਐਸਚਨ ਮਤਲਬ ਮੈਨੂੰ ਇੱਦਾਂ ਪੁੱਛਿਆ ਵੀ ਤੁਹਾਡੀ ਮੈਰਿਜ ਮਤਲਬ ਕੀ ਸੀਨ ਹੈਗਾ ਤੁਹਾਡਾ, ਜੋ ਵੀ ਤੁਹਾਡੀ ਸਟੋਰੀ ਹੈ ਮੈਨੂੰ ਉਹ ਪ੍ਰੋਪਰ ਸੁਣਾਓ ਤੁਸੀਂ। ਮੈਂ ਸਰ ਉਹਨਾਂ ਨੂੰ ਦੱਸਿਆ ਵੀ ਇੱਦਾਂ ਅਸੀਂ ਮਿਲੇ ਹਾਂਗੇ ਅਤੇ ਇੱਦਾਂ ਇੱਦਾਂ ਸਾਡਾ ਰਿਲੇਸ਼ਨ ਡਿਵੈਲਪ ਹੋਇਆ ਹੈਗਾ ਅਤੇ ਇੱਦਾਂ ਜਾ ਕੇ ਸਾਡੀ ਐਂਡ ਤੱਕ ਮਤਲਬ ਮੈਰਿਜ ਹੋਈ ਆ। ਅਤੇ ਉਹ ਸਰ ਮਤਲਬ ਉੱਥੋਂ ਹੀ ਸਟਾਰਟਿੰਗ ਤੋਂ ਹੀ ਉਹਨਾਂ ਨੇ ਚੱਕ ਲਿਆ, ਕਹਿੰਦੇ ਇਹ ਕਿੱਦਾਂ ਦਾ ਰਿਲੇਸ਼ਨ ਹੋਇਆ ਤੁਹਾਡਾ, ਇੱਦਾਂ ਤੁਸੀਂ ਕਿੱਦਾਂ ਮਿਲ ਕੇ? ਜਿੱਦਾਂ ਮੈਂ ਦੱਸਿਆ ਮੇਰੀ ਵਾਈਫ ਉੱਥੇ ਸਟੱਡੀ ਕਰਦੇ ਸੀਗੇ ਵੀ ਅਸੀਂ ਉੱਥੇ ਫਸਟ ਟਾਈਮ ਮਿਲੇ ਹਾਂ ਅਤੇ ਐਜ਼ ਆ ਫਰੈਂਡ ਅਸੀਂ ਗੱਲ ਕਰਦੇ ਸੀਗੇ ਜੋ ਵੀ ਸੀਗਾ, ਅਤੇ ਉਸ ਤੋਂ ਬਾਅਦ ਸਾਡਾ ਰਿਲੇਸ਼ਨ ਚਲੋ ਬਣੇ ਆ ਅਤੇ ਅਸੀਂ ਇੱਕ ਦੂਜੇ ਦੇ ਨਾਲ ਮਤਲਬ ਵਧੀਆ ਕੋਪਰੇਟ ਕਰੇ ਹੈਗਾ ਜੋ ਵੀ ਰਿਲੇਸ਼ਨ ਦੇ ਵਿੱਚ ਹੁੰਦਾ, ਇੱਕ ਰਿਲੇਸ਼ਨ ਦੇ ਵਿੱਚ ਜੈਨੂਅਨ ਰਿਲੇਸ਼ਨ ਦੇ ਵਿੱਚ। ਅਤੇ ਕਹਿੰਦੇ ਨਹੀਂ ਇਹ ਤਾਂ ਕੋਈ ਸੀਨ ਹੀ ਨਹੀਂ ਬਣਦਾ, ਮੈਂ ਕਿਹਾ ਸਰ ਸਾਡਾ ਜੈਨੂਅਨ ਰਿਲੇਸ਼ਨ ਹੈਗਾ, ਮਤਲਬ ਇੰਨਾ ਅਸੀਂ ਕਾਫੀ ਟਾਈਮ ਤੋਂ ਇੱਕ ਦੂਜੇ ਨਾਲ ਰਿਲੇਸ਼ਨ ਦੇ ਵਿੱਚ ਹੈਗੇ ਸੀਗੇ। ਅਤੇ ਚਲੋ ਮੈਂ ਆਪਦੇ ਕਹਿੰਦਾ ਮਤਲਬ ਮੈਂ ਜਿੱਦਾਂ ਸੁਖਮਨ ਸਰ ਨੇ ਵੀ ਸਮਝਾਇਆ ਸੀਗਾ ਮੈਂ ਨੋਰਮਲ ਪਹਿਲਾਂ ਗੱਲ ਕਰੀ, ਛੋਟੇ ਆਨਸਰ ਦੇਣ ਦੀ ਕੋਸ਼ਿਸ਼ ਕਰੀ। ਅਤੇ ਉਸ ਤੋਂ ਬਾਅਦ ਸਰ ਫਿਰ ਉਹਨਾਂ ਨੇ ਮਤਲਬ ਕਹਿੰਦੇ ਐਲਬਮ ਦਿਖਾਓ ਮੈਨੂੰ, ਤੁਹਾਡੀ ਮੈਰਿਜ ਤੁਹਾਡੀ ਕਿੱਥੇ ਮੈਰਿਜ ਹੋਈ? ਮਤਲਬ ਆਲਮੋਸਟ ਸਰ 50-60% ਤਾਂ ਇੱਦਾਂ ਦੇ ਕੁਐਸਚਨ ਆਏ ਸੀਗੇ ਮੈਨੂੰ, ਮਤਲਬ ਜੋ ਸੁਖਮਨ ਸਰ ਨੇ ਮੈਨੂੰ ਮਤਲਬ ਤਿਆਰੀ ਕਰਵਾ ਰੱਖੀ ਸੀਗੀ, ਪਤਾ ਸੀਗਾ ਵੀ ਇਹ ਕੁਐਸਚਨ ਆਉਣ ਹੀ ਆਉਣੇ ਆ, ਉਹੀ ਕੁਐਸਚਨ ਸੇਮ ਹੀ ਆਏ, ਕਿੱਥੇ ਮੈਰਿਜ ਹੋਈ ਤੁਹਾਡੀ ਅਤੇ ਤੁਹਾਡੀ ਵਾਈਫ ਦੇ ਪਿੰਡ ਤੋਂ ਕਿੰਨੀ ਦੂਰੀ ਸੀ ਮੈਂ ਪੈਲਸ ਦੀ, ਤੁਹਾਡੇ ਪਿੰਡ ਤੋਂ ਕਿੰਨੀ ਦੂਰੀ ਸੀ, ਅਤੇ ਇੱਦਾਂ ਮਤਲਬ ਸਾਰੀਆਂ ਉਹਨਾਂ ਨੇ ਕਰਕੇ ਕਿੰਨੇ ਬੰਦੇ ਆਏ ਤੁਹਾਡੀ ਪੈਲਸ ਦੇ ਮੈਰਿਜ ਦੇ ਵਿੱਚ। ਅਤੇ ਮੈਨੂੰ ਕਹਿੰਦੇ ਵੀ ਐਲਬਮ ਆਪਣੀ ਦਿਖਾਓ ਤੁਸੀਂ, ਮੈਂ ਐਲਬਮ ਸਰ ਮਤਲਬ ਉਹਨਾਂ ਨੂੰ ਕਹਿੰਦੇ ਜਲਦੀ ਦਿਖਾਓ ਖੜ੍ਹੇ ਹੋ ਜਾਓ, ਮੈਂ ਖੜ੍ਹਾ ਹੋ ਗਿਆ ਸਾਹਮਣੇ ਅਤੇ ਐਲਬਮ ਦੇ ਮੈਂ ਪੇਜ ਮਤਲਬ ਕਹਿੰਦੇ ਪੇਜ ਟਰਨ ਕਰੋ, ਮੈਂ ਇੱਕ ਪੇਜ ਦੋ ਪੇਜ ਇੱਦਾਂ ਆਰਾਮ ਨਾਲ ਕਰਦਾ ਪਿਆ ਸੀ, ਕਹਿੰਦੇ ਜਲਦੀ ਜਲਦੀ ਕਰੋ ਇੰਨਾ ਟਾਈਮ ਨਹੀਂ ਹੈਗਾ ਆਪਣੇ ਕੋਲ। ਅਤੇ ਮੈਂ ਦੋ ਪੇਜ ਕੱਢ ਲਏ, ਕਦੀ ਚਾਰ ਪੇਜ ਕੱਢ ਲਏ,
ਇੱਦਾਂ ਸਰ ਮਤਲਬ ਉਹਨਾਂ ਨੂੰ ਵੀ ਕੀ ਪਤਾ ਲੱਗਣਾ ਸੀ ਪ੍ਰੋਪਰ, ਬਸ ਵੈਸੇ ਉਹ ਮੇਰਾ ਕੌਨਫੀਡੈਂਸ ਹੀ ਮੰਨ ਕੇ ਚਲੋ ਵੀ ਚੈੱਕ ਕਰ ਰਹੇ ਸੀਗੇ, ਅਤੇ ਮੈਨੂੰ ਕਹਿੰਦੇ ਵੀ ਮੈਂ ਦੱਸ ਹੀ ਚੁੱਕਿਆ ਸੀ ਪਹਿਲਾਂ ਵੀ 300-400 ਤੋਂ 400-500 ਪਲੱਸ ਮਤਲਬ ਮੇਰੀ ਮੈਰਿਜ ਦੇ ਵਿੱਚ ਮਤਲਬ ਗੈਸਟ ਸਾਡੇ ਆਏ ਹੋਏ ਸੀਗੇ, ਕਹਿੰਦੇ ਇੰਨੇ ਤਾਂ ਹੈ ਹੀ ਨਹੀਂ, ਲੱਗ ਹੀ ਨਹੀਂ ਰਹੇ, 200 ਬੰਦਾ ਲੱਗ ਰਿਹਾ ਤੁਹਾਡਾ, ਤੁਹਾਡਾ ਵੀਜ਼ਾ ਸਾਰਾ ਪਲੈਨਡ ਲੱਗਦਾ ਗਾ, ਤੁਹਾਡਾ ਸਿਸਟਮ ਆ, ਮੈਨੂੰ ਵੀ ਇਹਦਾ ਤੁਸੀਂ ਇੱਦਾਂ ਹੈ ਹੀ ਨਹੀਂ ਇੰਨੇ ਬੰਦੇ ਇਹਦੇ ਵਿੱਚ ਆਪਣੇ। ਮੈਂ ਕਿਹਾ ਨਹੀਂ ਸਰ ਤੁਸੀਂ ਮਤਲਬ ਚੈੱਕ ਕਰੋ ਆਪਣਾ ਪਿੱਕ ਦੇ ਵਿੱਚ, ਦੇਖੋ ਤੁਸੀਂ ਇੱਕ ਪਿੱਕ ਦੇ ਵਿੱਚ, ਹੁਣ ਸਾਰੇ ਤਾਂ ਆ ਨਹੀਂ ਸਕਦੇ, ਤੁਸੀਂ ਇਕੱਲੀ ਇਕੱਲੀ ਪਿੱਕ ਦੇਖੋਗੇ ਧਿਆਨ ਨਾਲ ਇਹਨੂੰ ਚੈੱਕ ਕਰੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਵੀ ਗੈਦਰਿੰਗ ਕਿੰਨੀ ਹੈਗੀ। ਅਤੇ ਨਹੀਂ ਸਰ ਮਤਲਬ ਸਾਫ਼ ਹੀ ਮਨਾ ਕਰਤਾ ਮੈਨੂੰ ਉਹਨਾਂ ਨੇ, ਕਹਿੰਦੇ ਨਹੀਂ ਮੈਂ ਤਾਂ ਇਹ ਮੰਨ ਹੀ ਨਹੀਂ ਸਕਦਾ ਇਹਦੇ ਵਿੱਚ ਲੱਗ ਹੀ ਨਹੀਂ ਰਹੇ। ਮੈਂ ਕਿਹਾ ਸਰ ਇੱਕ ਐਲਬਮ ਮੇਰੀ ਹੋਰ ਵੀ ਹੈ ਉਹਦੇ ਵਿੱਚ, ਵੈਸੇ ਸਾਡੇ ਸਰ ਫੋਟੋ ਸੂਟ ਸੂਟ ਹੀ ਸੀਗਾ, ਅਤੇ ਉਹ ਸਰ ਮੈਂ ਉਹਨਾਂ ਨੂੰ ਮਤਲਬ ਦਿਖਾਈ, ਮੈਂ ਕਿਹਾ ਮੇਰੀ ਦੂਸਰੀ ਐਲਬਮ ਦੇਖੋ, ਉਹਦੇ ਵਿੱਚ ਜ਼ਿਆਦਾਤਰ ਤਾਂ ਸਰ ਮੇਰੇ ਵੈਸੇ ਪੋਜ ਹੀ ਸੀਗੇ ਜੋ ਪੋਜ ਕਰ ਲੈਂਦੇ ਆਪਾਂ, ਅਤੇ ਪਰ ਉਹਦੇ ਵਿੱਚ ਕੁਛ ਫੋਟੋਆਂ ਸਾਡੀਆਂ ਜਿੱਥੇ ਸਰ ਆਪਣੇ ਲਾਵਾਂ ਫੇਰੇ ਹੁੰਦੇ ਹੈਗੇ, ਅਤੇ ਉੱਥੇ ਸਰ ਫੋਟੋਆਂ ਸੀਗੀਆਂ, ਉੱਥੇ ਮਤਲਬ ਇੱਕ ਸਾਈਡ 'ਤੇ ਵੋਮੈਨਜ ਜਾਂ ਮੈਨਜ ਇੱਧਰ ਅਲੱਗ ਅਲੱਗ ਇੱਦਾਂ ਬੈਠੇ ਸੀ, 50-50 ਦੀ ਗਿਣਤੀ ਦੇ ਵਿੱਚ, 50 ਤੋਂ ਜ਼ਿਆਦਾ ਹੀ ਹੋਣੇ ਆ ਵੈਸੇ ਸਰ ਉਹ। ਅਤੇ ਮੈਂ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰੀ, ਮੈਂ ਕਿਹਾ ਸਰ ਇਹ ਦੇਖੋ ਇੱਧਰ ਮਤਲਬ ਸਾਡੇ ਗੁਰਦੁਆਰਾ ਸਾਹਿਬ ਵੀ ਇੰਨੇ ਬੰਦੇ ਦਾ ਗੁਰਦੁਆਰਾ ਸਾਹਿਬ ਆ, ਬਾਕੀ ਸਾਡੇ ਮੈਰਿਜ ਦੇ ਵਿੱਚ ਇਸ ਤੋਂ ਇਲਾਵਾ ਸੀ 100-150 ਬੰਦਾ ਸਾਡਾ ਮੈਰਿਜ ਦੇ ਗੁਰਦੁਆਰਾ ਸਾਹਿਬ ਹੀ ਆ। ਅਤੇ ਨਹੀਂ ਸਰ ਸਿਰ ਮਾਰ ਕੇ ਉਹਨਾਂ ਨੇ ਮਤਲਬ ਕਹਿੰਦੇ ਨਹੀਂ ਮੈਨੂੰ ਤਾਂ ਇਹ ਲੱਗ ਨਹੀਂ ਰਿਹਾ। ਅੱਛਾ ਫਿਰ ਸਾਡੀ ਮਤਲਬ ਉਹਨਾਂ ਨੇ ਟਾਰਗੇਟ ਕਰਿਆ, ਕਹਿੰਦੇ ਤੁਸੀਂ ਆਪਣਾ ਇਹ ਦੱਸੋ ਵੀ ਤੁਹਾਡੀ ਵਾਈਫ ਦਾ ਵੀਜ਼ਾ ਕਦੋਂ ਆਇਆ, ਸੋਰੀ ਆਪਣੇ ਬੈਂਡ ਕਦੋਂ ਆਇਆ, ਇਹ ਪੁੱਛਿਆ ਸਰ ਮੇਰੇ ਤੋਂ ਉਹਨਾਂ ਨੇ ਮਤਲਬ ਡਾਇਰੈਕਟਲੀ। ਮੈਂ ਉਹ ਦੱਸਿਆ, ਅਤੇ ਫਿਰ ਕਹਿੰਦੇ ਮੈਂ ਆਪਣਾ ਤੁਹਾਡਾ ਵੀਜ਼ਾ ਕਿੱਦਾਂ ਆਇਆ ਉਹ ਪੁੱਛਿਆ, ਫਿਰ ਮੈਰਿਜ ਡੇਟ ਪੁੱਛੀ, ਅਤੇ ਫਿਰ ਮੇਰੀ ਏਜ ਪੁੱਛੀ, ਮੇਰੀ ਵਾਈਫ ਦੀ ਏਜ ਪੁੱਛੀ, ਮੇਰੀ ਕੁਆਲੀਫਿਕੇਸ਼ਨ ਪੁੱਛੀ ਉਸ ਟਾਈਮ ਜਿਸ ਟਾਈਮ ਸਾਡੀ ਮੈਰਿਜ ਹੋਈ, ਮੇਰੀ ਵਾਈਫ ਦੀ ਕੁਆਲੀਫਿਕੇਸ਼ਨ ਪੁੱਛੀ, ਚਲੋ ਮੈਂ ਸਰ ਮੈਨੂੰ ਪ੍ਰੋਪਰ ਪਤਾ ਸੀਗਾ, ਅਤੇ ਮੈਂ ਉਹਨਾਂ ਨੂੰ ਦੱਸਤਾ, ਅਤੇ ਉਸ ਤੋਂ ਬਾਅਦ ਕਹਿੰਦੇ ਠੀਕ ਹੈ ਮੇਰੀ ਵਾਈਫ ਦੀ ਫੈਮਿਲੀ ਦੀ ਬੈਕਗਰਾਊਂਡ ਇੱਦਾਂ ਮਤਲਬ ਸਾਰਾ ਉਹਨਾਂ ਨੇ ਡਿਟੇਲ 'ਚ ਪੁੱਛਿਆ ਕੀ ਨਾਮ ਹੈਗਾ, ਕੀ ਕਰਦੇ ਜੇ ਉਹ, ਕਿੰਨੀ ਜ਼ਮੀਨ ਹੈਗੀ, ਅਤੇ ਮਤਲਬ ਕਾਫ਼ੀ ਮੈਨੂੰ ਉਲਝਾਉਣ ਦੀ ਕੋਸ਼ਿਸ਼ ਕਰੀ ਉਹਨਾਂ ਨੇ। ਅਤੇ ਮੈਂ ਸਰ ਇੱਕ ਇੱਕ ਚੀਜ਼ ਹੋਰ ਮੈਂ ਸਰ ਤੁਹਾਨੂੰ ਦੱਸ ਦੇਣਾ ਚਾਹੁੰਦਾ, ਇੱਥੇ ਇੰਟਰਵਿਊ ਦੇ ਵਿੱਚ ਮੈਂ ਪੂਰੀ ਇੰਟਰਵਿਊ ਦੇ ਵਿੱਚ ਕੋਈ ਡੇਟ ਵੀ ਗਲਤ ਨਹੀਂ ਦੱਸੀ ਉਹਨਾਂ ਨੂੰ, ਕੋਈ ਕੁਐਸਚਨ ਰੁਕ ਕੇ ਨਹੀਂ ਉਹਨਾਂ ਨੂੰ ਜਵਾਬ ਕਰਿਆ ਮੈਂ, ਵੀ ਇੱਦਾਂ ਹੋਵੇ ਵੀ ਮੈਂ ਜਿੱਦਾਂ ਆਪਾਂ ਰੁਕ ਜਾਂਦੇ ਹੈਗੇ ਸੋਚਣ ਲੱਗ ਜਾਂਦੇ ਹਾਂ ਕੋਈ ਚੀਜ਼ ਆ, ਜਿੱਦਾਂ ਉਹ ਕੁਐਸਚਨ ਬਹੁਤ ਜਲਦੀ ਜਲਦੀ ਮੇਰੇ ਤੋਂ ਪੁੱਛਦੇ ਪਏ ਸੀਗੇ, ਅਤੇ ਮੇਰੀ ਤਿਆਰੀ ਇੰਨੀ ਸੀ ਸਰ ਮੈਂ ਉਨੀ ਸਪੀਡ ਨਾਲ ਉਹਨਾਂ ਨੂੰ ਮਤਲਬ ਹਰ ਇੱਕ ਕੁਐਸਚਨ ਦਾ ਆਨਸਰ ਕਰਿਆ ਜੀ। ਜੀ ਕੋਚਿੰਗ ਕੋਚਿੰਗ ਦਾ ਫਾਇਦਾ ਕੋਚਿੰਗ ਦਾ ਫਾਇਦਾ ਹੋ ਗਿਆ, ਬਹੁਤ ਜ਼ਿਆਦਾ ਫਾਇਦਾ ਹੋਇਆ ਸਰ ਕੋਚਿੰਗ ਦਾ, ਤਾਂ ਇੰਨਾ ਜ਼ਿਆਦਾ ਫਾਇਦਾ ਹੋਇਆ ਵੀ ਕੋਚਿੰਗ ਜੇ ਨਾ ਲਈ ਹੁੰਦੀ ਸਰ ਇਸ ਵਾਰ ਮੇਰਾ 101% ਰਿਫਿਊਜ਼ਲ ਪੱਕੀ ਸੀਗੀ, ਇੰਨੀ ਸਰ ਤਿਆਰੀ ਕਰਨ ਦੇ ਬਾਵਜੂਦ ਵੀ। ਹਾਂ ਸਰ ਇੱਕ ਕੌਨਫੀਡੈਂਸ ਸੀਗਾ ਵੀ ਅਸੀਂ ਪ੍ਰੋਪਰ, ਮੈਂ ਇੰਟਰਵਿਊ ਦੇ ਕੇ ਆਇਆ ਉੱਥੇ, ਇਹੀ ਇੱਕ ਰੀਜ਼ਨ ਮੰਨਦਾ ਸੀਗਾ ਵੀ ਮੈਨੂੰ ਲੱਗਦਾ ਸੀਗਾ ਵੀ ਮੈਂ ਵਧੀਆ ਇੰਟਰਵਿਊ ਦੇ ਕੇ ਆਇਆ ਅਤੇ ਮੇਰਾ ਵੀਜ਼ਾ ਆਊਗਾ, ਅਦਰਵਾਈਜ਼ ਸਰ ਮੈਨੂੰ ਫਿਰ ਵੀ ਇੰਟਰਵਿਊ ਕਰਨ ਦੇ ਬਾਵਜੂਦ ਵੀ ਮਤਲਬ ਮੇਰੇ ਮਨ ਦੇ ਵਿੱਚ ਇੱਦਾਂ ਡਾਊਟ ਸੀਗਾ, ਕਿਉਂਕਿ ਮੈਨੂੰ ਲੱਗ ਰਿਹਾ ਸੀਗਾ ਵੀ ਆਪਣਾ ਕੇਸ ਹੀ ਇੰਨਾ ਜ਼ਿਆਦਾ ਵੀਕ ਹੈ ਵੀ ਇੱਦਾਂ ਕਿੱਦਾਂ ਮਤਲਬ ਉਹ ਵੀਜ਼ਾ ਦੇ ਦੇਣਗੇ। ਅਤੇ ਉਸ ਤੋਂ ਬਾਅਦ ਸਰ ਫਿਰ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਮੈਨੂੰ ਹੋਰ ਕੁਐਸਚਨ ਪੁੱਟ ਕਰੇ ਆ, ਇਹ ਤਾਂ ਹੋ ਗਿਆ, ਅਤੇ ਮੇਰੀ ਵਾਈਫ ਜਿਹੜਾ ਆਪਣਾ ਮੈਰਿਜ ਤੋਂ ਬਾਅਦ ਵਾਲੀਆਂ ਪਿੱਕ ਸਰ ਉਹਨਾਂ ਨੇ ਮੇਰੀਆਂ ਵੇਖੀਆਂ, ਕਹਿੰਦੇ ਵੀ ਤੇਰੀ ਵਾਈਫ ਕਿੰਨਾ ਟਾਈਮ ਤੇਰੇ ਕੋਲ ਰਹਿ ਕੇ ਗਈ ਹੈ, ਮੈਂ ਉਹਨਾਂ ਨੂੰ ਦੱਸਿਆ ਵੀ ਮੇਰੀ ਵਾਈਫ 5-7 ਦਿਨ ਰਹਿ ਕੇ ਗਈ, ਕਹਿੰਦੇ ਕੋਈ ਹਨੀਮੂਨ ਜਾਂ ਤੁਸੀਂ ਮਤਲਬ ਕੋਈ ਵੇਸਟ ਕਰਿਆ ਕਿਸੀ ਸਾਈਡ ਕਿਤੇ, ਮੈਂ ਕਿਹਾ ਸਰ ਨਹੀਂ ਅਸੀਂ ਕਿਤੇ ਵੇਸਟ ਨਹੀਂ ਕਰਿਆ, ਟਾਈਮ ਨਹੀਂ ਹੈਗਾ ਜੀ ਸਾਡੇ ਕੋਲ, ਅਤੇ ਅਸੀਂ ਉਹਨਾਂ ਦਿਨਾਂ ਵਿੱਚ ਸ਼ੋਪਿੰਗ ਵਗੈਰਾ ਜਾਂ ਆਪਣਾ ਮੈਰਿਜ ਰਜਿਸਟ੍ਰੇਸ਼ਨ ਹੋ ਗਈ ਅਤੇ ਆਪਣਾ ਡਿਨਰ ਲੰਚ ਕਰਨ ਗਏ, ਇੱਦਾਂ ਮਤਲਬ ਅਸੀਂ ਆਪਣਾ ਰਿਸ਼ਤੇਦਾਰੀਆਂ ਦੇ ਵਿੱਚ ਗਏ ਅਤੇ ਮੇਰੇ ਸਹੁਰੇ ਪਰਿਵਾਰ ਕੋਲ ਗਏ, ਇੱਦਾਂ ਦਾ ਅਸੀਂ ਵੇਸਟ ਕਰਿਆ, ਬਾਕੀ ਸਾਡੇ ਕੋਲ ਪ੍ਰੋਪਰ ਮਤਲਬ ਟਾਈਮ ਘੱਟ ਸੀਗਾ। ਅਤੇ ਚਲੋ ਕਹਿੰਦੇ ਠੀਕ ਆ ਪਿੱਕ ਦਿਖਾਓ, ਪਿੱਕ ਦਿਖਾਈਆਂ ਉਹਨਾਂ ਨੂੰ, ਪਿੱਕ ਵੀ ਚਲੋ ਉਹਨਾਂ ਨੇ ਇਗਨੋਰ ਹੀ ਕਰਤੀਆਂ, ਮਤਲਬ ਤਕਰੀਬਨ 100-125 ਪਿੱਕ ਹੋਣੀ ਹੈਗੀ ਅਤੇ ਉਹਨਾਂ ਨੇ ਜਸਟ ਇੱਕ ਮਿੰਟ ਤੋਂ ਪਹਿਲਾਂ ਉਹ ਚੈੱਕ ਕਰ ਲਈਆਂ ਸਾਰੀਆਂ। ਅਤੇ ਉਸ ਤੋਂ ਬਾਅਦ ਕਹਿੰਦੇ ਸੈਕਿੰਡ ਟਾਈਮ ਤੁਹਾਡੀ ਵਾਈਫ ਨੇ ਕਦੋਂ ਵਿਜ਼ਿਟ ਕਰਿਆ, ਅਤੇ ਮੈਂ ਉਹਨਾਂ ਨੂੰ ਡੇਟ ਦੱਸੀ, ਚਲੇ ਮੈਂ ਡੇਟ ਦੱਸਦਾ ਹੀ ਪਿਆ ਸੀਗਾ, ਮੈਨੂੰ ਕਹਿੰਦੇ ਵੀ ਮੈਰਿਜ ਵੀ ਅਟੈਂਡ ਕਰੀ ਆ ਉਸ ਟਾਈਮ ਜਦੋਂ ਆਏ ਨੇ, ਕੁਦਰਤ ਤੋਂ ਸਰ ਅਸੀਂ ਮੈਰਿਜ ਵੀ ਅਟੈਂਡ ਕਰੀ ਸੀਗੀ। ਮੈਂ ਕਿਹਾ ਹਾਂਜੀ ਸਰ ਮੈਰਿਜ ਅਟੈਂਡ ਕਰੀ ਆ ਅਸੀਂ, ਕਹਿੰਦੇ ਕਿਹਦੀ ਮੈਰਿਜ ਸੀ, ਅਤੇ ਮੇਰਾ ਲੱਕ ਸਮਝ ਲਓ ਸਰ ਇਹਦੇ ਵਿੱਚ, ਜਾਂ ਮਤਲਬ ਮੈਂ ਉਹ ਆਨਸਰ ਨਹੀਂ ਉਹਨਾਂ ਨੂੰ ਕਰ ਸਕਿਆ ਪ੍ਰੋਪਰ, ਕਿਉਂਕਿ ਮੈਨੂੰ ਉਹ ਰਿਸ਼ਤੇਦਾਰੀ ਦਾ ਸਾਡੀ ਦਾ ਪਤਾ ਹੀ ਨਹੀਂ ਸੀਗਾ ਪ੍ਰੋਪਰ, ਕਿਉਂਕਿ ਉਹ ਮੇਰੀ ਵਾਈਫ ਦੀ ਸਾਈਡ ਤੋਂ ਫੈਮਿਲੀ ਸਾਈਡ ਤੋਂ ਰਿਸ਼ਤੇਦਾਰੀ ਸੀਗੀ, ਸਾਡੀ ਅੱਗੇ ਤੋਂ ਅੱਗੇ ਰਿਸ਼ਤੇਦਾਰੀ ਸੀਗਾ, ਮੇਰੀ ਫੈਮਿਲੀ ਨੇ ਮਤਲਬ ਵਾਈਫ ਦੀ ਫੈਮਿਲੀ ਨੇ ਕਹਿਤਾ ਵੀ ਤੁਸੀਂ ਮੈਰਿਜ ਅਟੈਂਡ ਕਰ ਲਓ, ਅਸੀਂ ਚਲੋ ਮੈਰਿਜ ਅਟੈਂਡ ਕਰ ਲਈ। ਅਤੇ ਕਹਿੰਦੇ ਕਿੰਨਾ ਦੀ ਮੈਰਿਜ ਆ ਗਈ, ਮੈਂ ਕਿਹਾ ਵੀ ਮੈਨੂੰ ਪਤਾ ਨਹੀਂ ਹੈਗਾ, ਸਾਡੀ ਅੱਗੋਂ ਦੀ ਅੱਗੇ ਰਿਸ਼ਤੇਦਾਰੀ ਤੋਂ ਸੀਗੀ, ਮੈਂ ਕਿਹਾ ਜੇ ਸਾਡੀ ਮਤਲਬ ਕਲੋਜ਼ ਦੀ ਰਿਸ਼ਤੇਦਾਰੀ ਹੁੰਦੀ ਕੋਈ ਮੇਰੀ ਵਾਈਫ ਦੀ ਭੂਆ ਦੀ ਕੁੜੀ ਮੁੰਡਾ ਜਾਂ ਮਤਲਬ ਮਾਸੀ ਦਾ ਇੱਦਾਂ ਕੋਈ ਹੁੰਦਾ ਤਾਂ ਆਪਾਂ ਤੁਹਾਨੂੰ ਪ੍ਰੋਪਰ ਦੱਸ ਦਿੰਦੇ। ਕਹਿੰਦੇ ਠੀਕ ਹੈ, ਅਤੇ ਕਹਿੰਦੇ ਪਿੱਕ ਦਿਖਾਓ, ਮੈਂ ਉਹਨਾਂ ਨੂੰ ਸਾਰੀਆਂ ਪਿੱਕ ਦਿਖਾਈਆਂ, ਮੈਂ ਉਹਨਾਂ ਨੂੰ ਦੱਸਿਆ ਸਾਡੀ ਮੈਰਿਜ ਐਨਵਰਸਰੀ ਸੈਲੀਬ੍ਰੇਟ
ਮੈਰਿਜ ਵਾਲੀ ਫੋਟੋ ਵੀ ਆ ਗਈਆਂ ਸੀ ਉਹ ਵੀ ਦਿਖਾ ਦਿੱਤੀਆਂ ਉਹਨਾਂ ਨੂੰ ਅਤੇ ਮਤਲਬ ਮੇਰੀਆਂ ਪਿੱਕ ਇੱਕ ਤਰ੍ਹਾਂ ਮਤਲਬ ਉਹਨਾਂ ਨੇ ਸਾਈਡ 'ਤੇ ਕਰਤੀਆਂ ਕਹਿੰਦੇ ਇਹ ਮਤਲਬ ਕਹਿੰਦੇ ਇਹ ਤਾਂ ਤੁਹਾਡੀ ਵਾਈਫ ਮੈਰਿਜ ਅਟੈਂਡ ਕਰਨ ਆਏ ਹੈਗੇ ਤੁਹਾਡੇ ਨਾਲ ਮੈਰਿਜ ਐਨਵਰਸਰੀ ਸੈਲੀਬ੍ਰੇਟ ਕਰਨ ਜਾਂ ਤੁਹਾਨੂੰ ਮਿਲਣ ਥੋੜ੍ਹੀ ਆਏ ਹੈਗੇ ਇਹ ਤਾਂ ਤੁਸੀਂ ਫੋਟੋ ਐਵੇਂ ਹੀ ਕਰਵਾ ਲਈਆਂ ਅਤੇ ਮੈਨੂੰ ਸਰ ਲੱਗਿਆ ਮੈਂ ਹੁਣ ਇਹਦਾ ਕੀ ਆਨਸਰ ਕਰਾਂ ਮੈਂ ਕਿਹਾ ਨਹੀਂ ਸਰ ਮਤਲਬ ਮੇਰੀ ਸਾਡੀ ਮੈਰਿਜ ਐਨਵਰਸਰੀ ਆ ਉਹੀ ਡੇਟ 'ਤੇ ਸਾਡੇ ਪੰਜ ਸੱਤ ਦਿਨ ਪਹਿਲਾਂ ਮੇਰੀ ਵਾਈਫ ਆਉਂਦੇ ਹੈਗੇ ਸਪੈਸ਼ਲ ਸਾਡੀ ਫਸਟ ਮੈਰਿਜ ਐਨਵਰਸਰੀ ਸੈਲੀਬ੍ਰੇਟ ਕਰਨ ਆਉਂਦੇ ਆ ਅਤੇ ਮੈਂ ਨਾਲ ਇਹ ਵੀ ਦੱਸਿਆ ਮਤਲਬ ਸਰ ਆਪਣੇ ਆਪ ਮੇਰਾ ਦਿਮਾਗ ਚੱਲਦਾ ਪਿਆ ਸੀਗਾ ਮੇਰੀ ਤਿਆਰੀ ਇੰਨੀ ਜ਼ਿਆਦਾ ਹੋਈ ਹੋਈ ਸੀਗੀ ਅਤੇ ਜਿਹਦਾ ਕਿ ਸਿਹਰਾ ਸੁਖਮਨ ਸਰ ਨੂੰ ਜਾਂਦਾ ਜੀ ਅਤੇ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਅਸੀਂ ਸੈਕਿੰਡ ਟਾਈਮ ਵੀ ਮੇਰੀ ਵਾਈਫ ਨੇ ਆਉਣਾ ਸੀਗਾ ਉਸ ਟਾਈਮ ਕੋਵਿਡ ਹੋ ਗਿਆ ਅਤੇ ਇੱਕ ਮੈਂ ਆਪਣਾ ਹੈਲਥ ਇੰਸ਼ੋਰੈਂਸ ਕਰਵਾ ਕੇ ਰੱਖਿਆ ਹੋਇਆ ਸੀਗਾ ਮੇਰਾ ਅਤੇ ਮੇਰੀ ਵਾਈਫ ਦਾ ਵੀ ਮੇਰੀ ਵਾਈਫ ਜਦੋਂ ਫਸਟ ਟਾਈਮ ਆਏ ਸੀਗੇ ਅਤੇ ਉਹਨਾਂ ਦਾ ਮੈਡੀਕਲ ਮਤਲਬ ਉਹ ਬਿਮਾਰ ਹੋਏ ਸੀਗੇ ਅਤੇ ਅਸੀਂ ਸੈਕਿੰਡ ਟਾਈਮ ਜਦੋਂ ਵਿਜ਼ਿਟ ਕਰਨਾ ਸੀ ਉਹਨਾਂ ਨੂੰ ਮੈਡੀਕਲ ਇੱਥੇ ਮਤਲਬ ਜੋ ਵੀ ਚੀਜ਼ ਦੀ ਲੋੜ ਪੈਣੀ ਸੀਗੀ ਉਹਦੇ ਲਈ ਅਸੀਂ ਆਪਣਾ ਪਹਿਲਾਂ ਤੋਂ ਇੰਸ਼ੋਰੈਂਸ ਕਰਵਾ ਕੇ ਰੱਖਿਆ ਸੀਗਾ ਮਤਲਬ ਮੇਰੀ ਵਾਈਫ ਨੇ ਸੈਕਿੰਡ ਟਾਈਮ ਵਿਜ਼ਿਟ ਕਰਨਾ ਸੀਗਾ ਅਤੇ ਚਲੋ ਸਰ ਉਹ ਵੀ ਉਹਨਾਂ ਨੇ ਯਾਨੀ ਕਿ ਮੇਰਾ ਕੌਨਫੀਡੈਂਸ ਬਹੁਤ ਲੋਅ ਕਰਿਆ ਉਹਨਾਂ ਨੇ ਅਤੇ ਮਤਲਬ ਮੰਨੀ ਨਹੀਂ ਗੱਲ ਕਹਿੰਦੇ ਨਹੀਂ ਨਹੀਂ ਇੱਦਾਂ ਨਹੀਂ ਹੁੰਦਾ ਤੇਰਾ ਸਾਰੇ ਸਰਕਮਸਟਾਂਸ ਇੱਦਾਂ ਮਤਲਬ ਮਿਲਦੇ ਪਿਆ ਤੇਰੀ ਵਾਈਫ ਮੈਰਿਜ ਅਟੈਂਡ ਕਰਨ ਆਏ ਨੇਗੇ ਮੈਂ ਕਿਹਾ ਸਰ ਚਲੋ ਮੈਂ ਆਪਣੇ ਵੱਲੋਂ ਮਤਲਬ ਜੋ ਕੋਸ਼ਿਸ਼ ਕਰ ਸਕਦਾ ਜੀ ਕਰੀ ਉਹਨਾਂ ਨੂੰ ਮੈਂ ਕਿਹਾ ਨਹੀਂ ਸਰ ਮੈਰਿਜ ਨਹੀਂ ਮੈਰਿਜ ਐਨਵਰਸਰੀ ਮਤਲਬ ਅਟੈਂਡ ਕਰਨ ਆਏ ਹੈਗੇ ਉਹ ਅਤੇ ਉਸ ਤੋਂ ਬਾਅਦ ਸਰ ਜੋ ਸਾਡੀਆਂ ਮਤਲਬ ਪਹਿਲਾਂ ਦੀਆਂ ਕੁਛ ਕੁ ਫੋਟੋਆਂ ਸੀਗੀਆਂ ਮੈਰਿਜ ਤੋਂ ਬਿਫੋਰ ਮੈਰਿਜ ਦੀਆਂ ਉਹ ਉਹਨਾਂ ਨੇ ਦੇਖੀਆਂ ਅਤੇ ਉਹ ਦੇਖਣ ਤੋਂ ਬਾਅਦ ਮਤਲਬ ਨੋਰਮਲ ਪਿੱਕ ਜਿੱਦਾਂ ਆਪਾਂ ਹੁੰਦਾ ਚਾਹ ਕੌਫੀ ਪੀਂਦੇ ਦੀਆਂ ਜਾਂ ਆਪਾਂ ਇੱਕ ਜਗ੍ਹਾ ਖੜ੍ਹੇ ਨਹੀਂ ਇੱਦਾਂ ਪਿੱਕ ਉਹਨਾਂ ਨੂੰ ਦਿਖਾਈਆਂ ਉਹ ਵੀ ਸਰ ਉਹਨਾਂ ਨੇ ਮੇਰੀਆਂ ਰਿਜੈਕਟ ਕਰਤੀਆਂ ਕਹਿੰਦੇ ਇਹ ਕੀ ਹੈ ਤਾਂ ਇੱਕ ਨੋਰਮਲ ਫਰੈਂਡ ਜਾਂ ਤੁਹਾਡੇ ਮੈਰਿਜ ਤੋਂ ਬਾਅਦ ਵਾਲੀਆਂ ਪਿੱਕ ਮਤਲਬ ਇੱਦਾਂ ਵੀ ਹੋ ਸਕਦੀਆਂ ਨੀਗੀਆਂ ਸਾਨੂੰ ਇਹ ਤੋਂ ਕੀ ਸ਼ੋਰ ਹੋਊਗਾ ਇਹ ਤੁਹਾਡੇ ਰਿਲੇਸ਼ਨ ਦੀਆਂ ਪਿੱਕ ਹੈ ਨਹੀਂ ਗੀਆਂ ਅੱਛਾ ਸਰ ਫਿਰ ਮੈਂ ਕਨਫਿਊਜ਼ ਮੈਂ ਕਿਹਾ ਸਰ ਨਹੀਂ ਸਾਡਾ ਜੈਨੂਅਨ ਰਿਲੇਸ਼ਨ ਆ ਇਹਦੇ ਵਿੱਚ ਕੋਈ ਇੱਦਾਂ ਦੀ ਮਤਲਬ ਇਸ਼ੂ ਹੈ ਨਹੀਂਗਾ ਅਤੇ ਮੈਨੂੰ ਸਰ ਇੱਦਾਂ ਲੱਗਦਾ ਨਹੀਂ ਤੁਹਾਨੂੰ ਇੱਦਾਂ ਲੱਗਦਾ ਗਾ ਮਤਲਬ ਕੁਛ ਉਹਦੇ ਵਿੱਚ ਮਤਲਬ ਹੈਗੀਆਂ ਸੀ ਪਿੱਕ ਇੱਦਾਂ ਦੀਆਂ ਜੋ ਰਿਲੇਸ਼ਨ ਤੋਂ ਨੋਰਮਲੀ ਫਰੈਂਡ ਤੋਂ ਉੱਤੋਂ ਦੀ ਹੁੰਦੀਆਂ ਨੇਗੀਆਂ ਉਹ ਕਰੀ ਕੋਸ਼ਿਸ਼ ਕਰੀ ਸਰ ਆਪਣੇ ਵੱਲੋਂ ਪਰ ਉਹਨਾਂ ਨੇ ਸਰ ਮੇਰੀ ਇੱਕ ਨਹੀਂ ਮੰਨੀ ਉੱਤੇ ਮੈਂ ਤੁਹਾਨੂੰ ਕਹਾਂ ਪਰ ਸਰ ਇੱਕ ਚੀਜ਼ ਹੈਗੀ ਸੀਗੀ ਮਤਲਬ ਮੈਨੂੰ ਸੁਖਮਨ ਸਰ ਨੇ ਇਹ ਚੀਜ਼ ਮਤਲਬ ਜ਼ਰੂਰ ਮੈਨੂੰ ਯਾਦ ਕਰਵਾਈ ਹੋਈ ਸੀਗੀ ਵੀ ਤੁਸੀਂ ਮਤਲਬ ਜੋ ਇੰਟਰਵਿਊਅਰ ਤੁਹਾਡਾ ਲਊਗਾ ਇੰਟਰਵਿਊ ਉਹਦਾ ਫੇਸ ਵੀ ਜੱਜ ਕਰਨਾ ਗਾ ਤੁਸੀਂ ਨਾਲ ਅਤੇ ਮੈਂ ਸਰ ਉਹਨਾਂ ਦਾ ਫੇਸ ਜੱਜ ਕਰਦਾ ਪਿਆ ਸੀਗਾ ਵੀ ਇਹ ਉੱਪਰੋਂ ਉੱਪਰੋਂ ਮੇਰੇ ਨਾਲ ਇੱਦਾਂ ਦਾ ਮਤਲਬ ਬਿਹੇਵ ਕਰ ਰਿਹਾ ਅਤੇ ਬਾਕੀ ਅੰਦਰੋਂ ਮਤਲਬ ਉਹ ਚਲੋ ਉਹਨਾਂ ਦੀ ਮਤਲਬ ਡਿਊਟੀ ਆ ਗਈ ਸਰ ਇੱਦਾਂ ਕਹਿਣਾ ਉਹਨਾਂ ਦਾ ਅਤੇ ਮੈਂ ਆਪਣੇ ਮਤਲਬ ਜੋ ਕੁਐਸਚਨ ਸੀਗੇ ਉਹਨਾਂ 'ਤੇ ਆਪਣਾ ਮਤਲਬ ਸਿਰ ਰਿਹਾ ਜੋ ਚੀਜ਼ ਸਹੀ ਸੀਗੀ ਮੈਂ ਉਹਨੂੰ ਉਹ ਐਜ਼ ਇਟ ਉੱਦਾਂ ਹੀ ਕਿਹਾ ਮਤਲਬ ਮੈਂ ਕੋਈ ਆਪਣੇ ਆਨਸਰ ਤੋਂ ਮਤਲਬ ਇੱਧਰ ਉੱਧਰ ਨਹੀਂ ਹੋਇਆ ਅਤੇ ਉਸ ਤੋਂ ਬਾਅਦ ਸਰ ਉਹਨਾਂ ਨੇ ਹੋਰ ਕੁਐਸਚਨ ਅਤੇ ਮੇਰੀ ਵਾਈਫ ਦੀ ਸਰ ਸਟੱਡੀ ਪੁੱਛੀ ਉਹਨਾਂ ਨੇ ਮੇਤੋਂ ਅਤੇ ਮੈਂ ਸਰ ਉਹਨਾਂ ਨੂੰ ਪ੍ਰੋਪਰ ਦੱਸਿਆ ਮੇਰੀ ਵਾਈਫ ਦੀ ਸਟੱਡੀ ਆ ਵੀ ਬਿਜ਼ਨਸ ਜਰਨਲ ਬਿਜ਼ਨਸ ਦਾ ਕੋਰਸ ਸੀ ਉਹਨਾਂ ਦਾ ਇੱਥੇ ਬ੍ਰੈਂਪਟਨ ਦੇ ਵਿੱਚ ਉਹਨਾਂ ਨੇ ਲਿਆ ਆਹ ਕਾਲਜ ਸੀਗਾ ਮੈਂ ਸਰ ਉਹਨਾਂ ਨੂੰ ਪ੍ਰੋਪਰ ਦੱਸਿਆ ਕਹਿੰਦੇ ਜਰਨਲ ਬਿਜ਼ਨਸ ਕੀ ਹੁੰਦਾ ਗਾ ਮੈਂ ਉਹਨਾਂ ਨੂੰ ਦੱਸਿਆ ਵੀ ਬਿਜ਼ਨਸ ਰਿਲੇਟਡ ਸਟੱਡੀ ਹੈਗੀ ਅਤੇ ਮਤਲਬ ਜੋ ਵੀ ਬਿਜ਼ਨਸ ਰਿਗਾਰਡਿੰਗ ਆਉਂਦਾ ਉਹਦੇ ਰਿਲੇਟਡ ਸਟੱਡੀ ਹੈਗੀ ਅਤੇ ਆਹ ਇਹਦੇ ਸਬਜੈਕਟ ਆ ਸਬਜੈਕਟ ਵੀ ਸਰ ਮੈਂ ਉਹਨਾਂ ਨੂੰ ਦੱਸੇ ਜੋ ਮੇਰੇ ਪੰਜ ਸੱਤ ਸਬਜੈਕਟ ਯਾਦ ਸੀਗੇ ਅਤੇ ਮੈਨੂੰ ਕਹਿੰਦੇ ਸਰ ਮਤਲਬ ਇੰਨਾ ਸਰ ਮੈਂ ਇੱਥੋਂ ਤੱਕ ਮੇਰਾ ਕੌਨਫੀਡੈਂਸ ਲੋਅ ਕਰ ਰਹੇ ਸੀਗੇ ਉਹ ਅਤੇ ਮੈਨੂੰ ਕਹਿੰਦੇ ਇਹ ਕੀ 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 ਕੋਰਸ ਹੋਇਆ ਇਹ ਤੁਹਾਡਾ ਚਾਰ ਸਾਲ ਤੋਂ ਕਹਿ ਰਹੇ ਹੋ ਤੁਸੀਂ ਮਤਲਬ ਇੰਨਾ ਟਾਈਮ ਤੁਹਾਡੀ ਮੈਰਿਜ ਨੂੰ ਹੋ ਗਿਆ ਪਹਿਲਾਂ ਤੁਸੀਂ ਇੱਕ ਦੂਜੇ ਨੂੰ ਜਾਣਦੇ ਹੋ ਅਤੇ ਤੁਹਾਨੂੰ ਆਪਣੀ ਵਾਈਫ ਦਾ ਪਤਾ ਹੀ ਨਹੀਂ ਕੁਛ ਕੀ ਇਹ ਜਰਨਲ ਬਿਜ਼ਨਸ ਕਿਹੜਾ ਕੋਰਸ ਆ ਇਹ ਮੈਂ ਸਰ ਕਨਫਿਊਜ਼ ਵੀ ਹੁਣ ਮੈਂ ਕੀ ਕਹਾਂ ਹੁਣ ਇਹਨਾਂ ਨੂੰ ਕਿਹੜਾ ਕੋਰਸ ਹੋਇਆ ਜਾਂ ਕੀ ਚੀਜ਼ ਆ ਮੈਂ ਹੁਣ ਐਕਸਪਲੇਨ ਕਰਤਾ ਵੀ ਬਿਜ਼ਨਸ ਰਿਲੇਟਡ ਹੈਗਾ ਬਿਜ਼ਨਸ ਦਾ ਕੋਰਸ ਹੈਗਾ ਸਬਜੈਕਟ ਵੀ ਦੱਸਦੇ ਸਰ ਮੈਂ ਅਤੇ ਕਹਿੰਦੇ ਨਹੀਂ ਇੱਦਾਂ ਇਹ ਚੀਜ਼ਾਂ ਨਹੀਂ ਤੇਰੀਆਂ ਮੈਟਰ ਕਰਦੀਆਂ ਇਹ ਤੈਨੂੰ ਨੌਲੇਜ ਹੀ ਨਹੀਂ ਹੈਗੀ ਤੇਰੀ ਵਾਈਫ ਬਾਰੇ ਮੈਂ ਕਿਹਾ ਸਰ ਹੁਣ ਚੰਗੀ ਤਰ੍ਹਾਂ ਮੈਨੂੰ ਨੌਲੇਜ ਸਾਰੀ ਚੀਜ਼ ਤਾਂ ਸਰ ਮੈਂ ਕਿਹਾ ਤੁਹਾਨੂੰ ਮੈਂ ਕਿਹਾ ਵੀ ਸਰ ਮੈਂ ਉਹਨਾਂ ਨੂੰ ਮੈਂ ਕਿਹਾ ਸਰ ਹੁਣ ਚਲੋ ਹੁਣ ਮੈਨੂੰ ਵੀ ਪਤਾ ਸੀ ਸਰ ਮੇਰੇ ਲਈ ਲਾਸਟ ਚਾਂਸ ਹੈਗਾ ਜੇ ਮਿਸ ਹੋਊਗਾ ਇਹ ਇਸ ਤੋਂ ਬਾਅਦ ਫਿਰ ਸਰ ਅੱਗੇ ਪਹਿਲਾਂ ਹੀ ਬਹੁਤ ਟਾਈਮ ਹੋ ਗਿਆ ਸੀ ਸਾਨੂੰ ਇੱਕ ਦੂਜੇ ਤੋਂ ਡਿਸਟੈਂਸ ਦੇ ਵਿੱਚ ਰਹਿੰਦਿਆਂ ਨੂੰ ਅਤੇ ਯਾਨੀ ਕਿ ਸਰ ਉਹਨਾਂ ਨੇ ਕੋਈ ਚੀਜ਼ ਇੱਦਾਂ ਦੀ ਮੇਰੀ ਮੰਨੀ ਨਹੀਂ ਅਤੇ ਮੈਂ ਚਲੋ ਆਪਣਾ ਕੌਨਫੀਡੈਂਸ ਮੈਂ ਫਿਰ ਵੀ ਲੋਅ ਨਹੀਂ ਕਰਿਆ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਜੋ ਇਹ ਕੁਐਸਚਨ ਕਰਦੇ ਹੈਗੇ ਜੋ ਚੀਜ਼ ਇਹ ਮੰਨਦੇ ਆ ਜਾਂ ਨਾ ਮੰਨਦੇ ਆ ਮੈਂ ਆਪਣੇ ਵੱਲੋਂ ਆਪਣੀ ਸੈਟਿਸਫਾਈ ਕਰਨ ਦੀ ਕੋਸ਼ਿਸ਼ ਕਰੀ ਅਤੇ ਉਸ ਤੋਂ ਬਾਅਦ ਸਰ ਉਹਨਾਂ ਨੇ ਫਿਰ ਮੇਤੋਂ ਹੋਰ ਵੀ ਕੁਐਸਚਨ ਕਰੇ ਜਿੱਦਾਂ ਉਹਨਾਂ ਨੇ ਕਰਿਆ ਅਤੇ ਸਟੱਡੀ ਰਿਲੇਟਡ ਹੋ ਗਿਆ ਅਤੇ ਵਾਈਫ ਦੀ ਜੋਬ ਰਿਲੇਟਡ ਸਟੇਟਸ ਪੁੱਛਿਆ ਉਹਨਾਂ ਨੇ ਅਤੇ ਜੋਬ ਜਦੋਂ ਸਟੇਟਸ ਪੁੱਛਿਆ ਸਰ ਉੱਥੇ ਵੀ ਮੈਂ ਮਤਲਬ ਆਪਣੇ ਵੱਲੋਂ ਮਤਲਬ ਐਕਸਟਰਾ ਕਰਨ ਦੀ ਕੋਸ਼ਿਸ਼ ਕਰੀ ਜੋ ਚੀਜ਼ਾਂ ਮਤਲਬ ਮੈਨੂੰ ਸਰ ਨੇ ਗਾਈਡ ਕਰੀਆਂ ਸੀਗੀਆਂ ਅਤੇ ਉਹਨਾਂ ਨੇ ਪੁੱਛਿਆ ਮਤਲਬ ਕਹਿੰਦੇ ਵੀ ਆਪਣਾ ਤੁਹਾਡੀ ਵਾਈਫ ਦਾ ਸਟੇਟਸ ਕੀ ਆ ਮੈਂ ਸਟੇਟਸ ਦੱਸਿਆ ਵੀ ਵਰਕ ਪਰਮਿਟ 'ਤੇ ਨੇ ਉਹ ਅਤੇ ਸੁਪਰਵਾਈਜ਼ਰ ਨੇ ਗਏ ਜੋ ਵੀ ਹੈਗਾ ਅਤੇ ਕਹਿੰਦੇ ਵੀ ਕਿੱਥੇ ਸੁਪਰਵਾਈਜ਼ਰ ਆ ਮੈਂ ਉਹਨਾਂ ਨੂੰ ਲੋਕੇਸ਼ਨ ਦੱਸਤੀ ਅਤੇ ਉਸ ਤੋਂ ਬਾਅਦ ਕਹਿੰਦੇ ਵੀ ਜੋਬ ਲੈਟਰ ਦਿਖਾਓ ਮੇਰੀ ਪੀ ਐੱਨ ਪੀ ਸਰ ਅਪਰੂਵ ਹੋਈ ਹੋਈ
ਉਹਨਾਂ ਨੇ ਮੇਰੇ ਤੋਂ ਡਿਊਟੀ ਵਗੈਰਾ ਪੁੱਛੀਆਂ ਕਿਉਂ ਮੂਵ ਹੋਇਆ ਮੇਰੀ ਵਾਈਫ, ਇਹ ਪੁੱਛਿਆ। ਤੇ ਜਦੋਂ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਸੀਗਾ, ਜੇ ਉਹਨਾਂ ਨੂੰ ਲੱਗਦਾ ਸੀ ਵੀ ਠੀਕ ਦੱਸ ਰਹੇ ਆ, ਦੋ ਕੁ ਗੱਲਾਂ ਪੁੱਛਣ ਤੋਂ ਬਾਅਦ ਫਿਰ ਉਹ ਸਕਿੱਪ ਕਰਕੇ ਅੱਗੇ ਚੱਲ ਜਾਂਦੇ ਉਹ। ਤੇ ਉਸ ਤੋਂ ਬਾਅਦ ਇੱਦਾਂ ਦੇ ਮਤਲਬ ਉਹਨਾਂ ਨੇ ਸਰ ਮੈਨੂੰ ਕੁਐਸਚਨ ਕਰੇ। ਤੇ ਉਸ ਤੋਂ ਬਾਅਦ ਹੋਰ ਵੀ ਹੈਗੇ ਸੀਗੇ ਸਰ ਕੁਐਸਚਨ ਆਪਣੇ, ਬਸ ਸਰ ਫਿਲਹਾਲ ਮੇਰੇ ਹੁਣ ਇੰਨੇ ਹੀ ਯਾਦ ਆ ਗਏ। ਅਤੇ ਮਤਲਬ ਮੈਨੂੰ ਉੱਥੇ ਇੱਕ ਵਾਰ ਇੱਦਾਂ ਫੀਲ ਹੁੰਦਾ ਸੀਗਾ ਵੀ ਸ਼ੋਰ ਹੈਗਾ ਵੀਜ਼ਾ ਮੈਨੂੰ ਨਹੀਂ ਮਿਲਣਾ। ਅਤੇ ਪਰ ਮੈਂ ਫਿਰ ਵੀ ਆਪਣੇ ਕੁਐਸਚਨਾਂ 'ਤੇ ਮੈਨੂੰ ਮਤਲਬ ਜੋ ਆਂਸਰ ਮੈਂ ਕਰੇ, ਮੈਨੂੰ ਇੰਨਾ ਯਕੀਨ ਆਪਣੇ ਆਪ ਨੂੰ ਅੰਦਰੋਂ ਯਕੀਨ ਤਾਂ ਹੈਗਾ ਸੀਗਾ ਵੀ ਇਹ ਮੈਂ ਜੋ ਉਹਨਾਂ ਨੂੰ ਦੱਸਿਆ ਮੰਨਣਾ ਜਾਂ ਨਾ ਮੰਨਣਾ ਇਹਨਾਂ ਦੀ ਮਰਜ਼ੀ ਹੈ, ਪਰ ਮੈਂ ਆਪਣੀ ਵੱਲੋਂ ਕੋਈ ਮੇਰੇ ਮੇਰੀ ਕੌਨਫੀਡੈਂਸ ਦੇ ਵਿੱਚ ਜਾਂ ਗੱਲ ਕਹਿਣ ਦੇ ਵਿੱਚ ਕੋਈ ਕਮੀ ਨਹੀਂ ਰਹੀ। ਠੀਕ ਹੈ ਜੀ। ਅਤੇ ਇੱਕ ਸਰ ਇੱਕ ਹੋਰ ਦੱਸਦਾ ਸਰ ਸੁਖਮਨ ਸਰ, ਇੱਕ ਜਿੱਦਾਂ ਸਰ ਇੱਕ ਆਹ ਚੀਜ਼ ਦੇ ਵਿੱਚ ਮੇਰਾ ਮਤਲਬ ਬਹੁਤ ਹੈਲਪ ਹੋਈ, ਜਿੱਦਾਂ ਮੇਰਾ ਪਾਸਪੋਰਟ ਸੀ ਉਹ ਮੇਰੀ ਮੈਰਿਜ ਤੋਂ ਬਾਅਦ ਮੈਂ ਮਤਲਬ ਬਣਵਾਇਆ ਸੀਗਾ। ਅਤੇ ਮੈਂ ਸੁਖਮਨ ਸਰ ਨਾਲ ਇਹ ਗੱਲ ਕਰੀ ਵੀ ਉਹਨਾਂ ਨੂੰ ਮੈਂ ਪੁੱਛਿਆ ਵੀ ਇਹ ਮੈਂ ਆਪਣੇ ਇੰਟਰਵਿਊ ਦੇ ਵਿੱਚ ਦੱਸਾਂ ਵੀ ਮੈਂ ਤਾਂ ਬਾਹਰ ਜਾਣ ਦਾ ਮੇਰਾ ਕੋਈ ਪਲੈਨ ਹੈ ਨਹੀਂ ਸੀਗਾ, ਅਤੇ ਮਤਲਬ ਮੇਰਾ ਜੋ ਪਾਸਪੋਰਟ ਆ ਉਹ ਵੀ ਮੇਰੀ ਮੈਰਿਜ ਤੋਂ ਬਾਅਦ ਬਣਿਆ। ਅਤੇ ਸੁਖਮਨ ਸਰ ਨੇ ਇਹ ਮੈਨੂੰ ਪੂਰਾ ਪ੍ਰੋਪਰ ਡਿਟੇਲ ਦੇ ਵਿੱਚ ਸਮਝਾਇਆ ਸੀਗਾ ਵੀ ਤੂੰ ਇੱਦਾਂ ਇੱਦਾਂ ਕਰਕੇ ਆਨਸਰ ਦੇਣਾ ਅਤੇ ਫਿਰ ਤੇਰੀ ਇਹ ਗੱਲ ਵਧੀਆ ਪ੍ਰੋਪਰ ਸੁਣੀ ਜਾਊਗੀ। ਅਤੇ ਉਹ ਸਰ ਫਿਰ ਮੈਂ ਜਦੋਂ ਐਂਡ ਦੇ ਉਹਨਾਂ ਨੇ ਸਾਰੀਆਂ ਚੀਜ਼ਾਂ ਹੋ ਗਈਆਂ ਅਤੇ ਮੈਨੂੰ ਪੁੱਛਿਆ ਵਾਈਫ ਕਿਉਂ ਬਾਹਰ ਗਏ, ਮੈਂ ਕਿਹਾ ਵੀ ਉਹਨਾਂ ਦਾ ਡ੍ਰੀਮ ਸੀਗਾ ਚਲੋ ਜਾਣਾ ਚਾਹੁੰਦੇ ਸੀ ਸਟੱਡੀ ਕਰਨ, ਅਤੇ ਮੈਂ ਉਹਨਾਂ ਨੂੰ ਮਨਾ ਵੀ ਕਰਿਆ ਸੀਗਾ ਵੀ ਚਲੋ ਆਪਾਂ ਇੱਥੇ ਰਹਿ ਕੇ ਇੱਦਾਂ ਆਪਾਂ ਕਰ ਦਿਆਂਗੇ, ਅਤੇ ਵੀ ਮੇਰੀ ਵੀ ਹਾਇਰ ਸਟੱਡੀ ਕਰੀ ਹੋਈ ਹੈਗੀ ਅਤੇ ਆਪਾਂ ਇੱਥੇ ਕੋਈ ਜੋਬ ਵਗੈਰਾ ਕਰ ਲਾਂਗੇ। ਅਤੇ ਮੈਂ ਕਿਹਾ ਵੀ ਵਾਈਫ ਨੇ ਜਦੋਂ ਮੇਰੀ ਜਿੱਦ ਕਰੀ ਵੀ ਮੈਂ ਜਾਣਾ ਗਾ, ਅਤੇ ਫਿਰ ਮੈਂ ਉਹਨਾਂ ਨੂੰ ਅਲਾਓ ਕਰਤਾ ਵੀ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਜਾਣਾ ਤਾਂ ਚੱਲ ਜਾਓ। ਮੈਂ ਸਰ ਉਹਨਾਂ ਨੂੰ ਫਿਰ ਮੈਂ ਸਮਝਾਈ ਗੱਲ ਇਹ, ਮੈਂ ਕਿਹਾ ਵੀ ਪਰ ਮੈਂ ਆਪਣਾ ਪਾਸਪੋਰਟ ਆ ਜੋ ਆਪਣੀ ਮੇਰੀ ਸਟੱਡੀ 2013-15 ਦੇ ਵਿੱਚ ਕੰਪਲੀਟ ਹੋਈ ਹੈ, ਅਤੇ ਵੀ ਮੈਂ ਆਪਣੀ ਜੇ ਮੈਂ ਬਾਹਰ ਜਾਣ ਦਾ ਮੇਰੀ ਇੱਛਾ ਹੁੰਦੀ ਤਾਂ ਮੈਂ ਪਹਿਲਾਂ ਹੀ ਆਪਣਾ ਪਾਸਪੋਰਟ ਬਣਾਇਆ ਹੋਇਆ ਹੁੰਦਾ, ਜੋ ਕਿ ਸਰ ਰੀਅਲ ਵੀ ਸੀਗਾ। ਮੈਂ ਇੱਥੇ ਜੋਬ ਕਰਨ ਦੀ ਸੋਚੀ ਹੋਈ ਸੀ ਪਹਿਲਾਂ, ਅਤੇ ਜਦੋਂ ਮੈਂ ਇਹ ਉਹਨਾਂ ਨੂੰ ਗੱਲ ਕਹੀ ਅਤੇ ਇਹ ਪੁਆਇੰਟ ਵੀ ਸਰ ਉਹਨਾਂ ਨੇ ਮੇਰਾ ਵੀਕ ਪੁਆਇੰਟ ਦੇ ਵਿੱਚ ਕਨਵਰਟ ਕਰਨ ਦੀ ਪੂਰੀ ਕੋਸ਼ਿਸ਼ ਕਰੀ। ਮੈਨੂੰ ਕਹਿੰਦੇ ਵੀ ਪਹਿਲਾਂ ਤੂੰ ਆਈਲੈਟਸ ਕਰਿਆ ਹੋਣਾ ਗਾ ਅਤੇ ਉਹ ਪੇਪਰ ਤੋਂ ਪੇਪਰ ਕਲੀਅਰ ਨਹੀਂ ਹੋਇਆ ਹੋਣਾ ਅਤੇ ਫਿਰ ਤੁਸੀਂ ਇਹ ਮੈਰਿਜ ਮਤਲਬ ਕਰਵਾਈ ਆਪਣੀ। ਅਤੇ ਸਰ ਉਹ ਪਰ ਮੈਂ ਕੁਐਸਚਨਾਂ ਲਈ ਉਹਨਾਂ ਲਈ ਮੈਂ ਪੂਰਾ ਤਿਆਰ ਸੀਗਾ, ਅਤੇ ਮੈਂ ਉਹਨਾਂ ਨੂੰ ਦੱਸਿਆ ਵੀ ਵੀ ਜੇ ਇਹ ਆਪਣਾ ਮੈਂ ਮਤਲਬ ਆਈਲੈਟਸ ਪਹਿਲਾਂ ਕਰਿਆ ਹੁੰਦਾ, ਪਾਸਪੋਰਟ ਤੋਂ ਬਿਨਾਂ ਆਪਾਂ ਆਈਲੈਟਸ ਦਾ ਪੇਪਰ ਐਗਜ਼ਾਮ ਦੇ ਹੀ ਨਹੀਂ ਸਕਦੇ। ਅਤੇ ਕਹਿੰਦੇ ਨਹੀਂ ਨਹੀਂ ਦਿੱਤਾ ਹੋਣਾ ਤਾਂ ਕੁਛ ਨਾ ਕੁਛ ਕਰਿਆ ਹੋਣਾ ਗਾ, ਮਤਲਬ ਇੱਦਾਂ ਤਾਂ ਜਾਊਂ ਤਿਆਰੀ ਕਰੀ ਹੋਣੀ ਆ ਵੀ ਤੇ ਤੂੰ ਹੋਇਆ ਨਹੀਂ ਅਤੇ ਤੂੰ ਫਿਰ ਮਤਲਬ ਇੱਦਾਂ ਕਰਕੇ ਜੋ ਵੀ ਹੈ ਸਿਸਟਮ ਸਾਰਾ ਤੁਸੀਂ ਦੋਵੇਂ ਫੈਮਲੀਆਂ ਨੇ ਤੁਸੀਂ ਮਤਲਬ ਮਿਲ ਕੇ ਇੱਦਾਂ ਇਹ ਸਾਰੀ ਚੀਜ਼ ਨੂੰ ਅੰਜਾਮ ਦਿੱਤਾ ਗਾ। ਇੱਦਾਂ ਦੇ ਸਰ ਮੇਰੇ ਨਾਲ ਮਤਲਬ ਕੁਐਸਚਨ ਉਹਨਾਂ ਨੇ ਕਰੇ, ਵਿੱਚ ਕੁਛ ਗੱਲਾਂ ਹੋਰ ਵੀ ਸੀ ਸਰ ਜੋ ਹੁਣ ਮੇਰੇ ਮਤਲਬ ਤਕਰੀਬਨ ਯਾਦ ਨਹੀਂ ਆ ਰਹੀਆਂ ਪ੍ਰੋਪਰ। ਅਤੇ ਇੱਦਾਂ ਦੀ ਸਰ ਮੇਰੀ ਮਤਲਬ ਇੰਟਰਵਿਊ ਹੋਈ, ਮਤਲਬ ਸਰ ਮੇਰਾ ਸਿਰਫ ਇਕੱਲਾ ਕੌਨਫੀਡੈਂਸ ਚੈੱਕ ਹੋਇਆ ਉੱਥੇ ਜੋ ਮੈਨੂੰ ਲੱਗਦਾ ਗਾ, ਅਤੇ ਕੌਨਫੀਡੈਂਸ ਸਰ ਮੇਰੇ ਵਿੱਚ ਪੂਰਾ ਕੁੱਟ ਕੁੱਟ ਕੇ ਭਰਿਆ ਜਾ ਚੁੱਕਾ ਸੀਗਾ ਜੋ ਸਰ ਨੇ ਸੈਸ਼ਨ ਦਿੱਤੇ। At the end, ਵੀਜ਼ਾ ਅਫਸਰ ਨੇ ਤੁਹਾਨੂੰ ਕੀ ਕਨਕਲੂਜਨ ਵਿੱਚ ਫਾਈਨਲ ਕੀ ਰਿਮਾਰਕ ਦਿੱਤਾ ਉਹਨਾਂ ਨੇ? ਐਂਡ ਤੇ ਸਰ ਮਤਲਬ ਉਹਨਾਂ ਨੇ ਫਿਰ ਵੀ ਕੁਛ ਜ਼ਿਆਦਾ ਮੈਨੂੰ ਮਤਲਬ ਕਿਹਾ ਨਹੀਂ ਵਧੀਆ। ਐਂਡ ਦੇ ਮਤਲਬ ਪਹਿਲਾਂ ਤਾਂ ਉਹ ਮੇਰੇ ਨਾਲ ਇੱਦਾਂ ਟਫ ਟਫ ਕੁਐਸਚਨ ਕਰਦੇ ਪਏ ਸੀਗੇ ਮੈਨੂੰ, ਅਤੇ ਉਸ ਤੋਂ ਬਾਅਦ ਆਪਣਾ ਲਗਾ ਲਓ ਸਰ ਤੁਸੀਂ ਮਤਲਬ ਇੱਦਾਂ ਮੈਨੂੰ ਫੀਲ ਕਰਵਾਉਂਦੇ ਪਏ ਸੀਗੇ ਵੀ ਮੈਂ ਕਾਫ਼ੀ ਰੂਡਲੀ ਤੁਹਾਡੇ ਤੋਂ ਕੁਐਸਚਨ ਪੁੱਛ ਰਿਹਾ, ਪਰ ਮੈਨੂੰ ਸਰ ਉਹਨਾਂ ਦਾ ਫਿਰ ਵੀ ਨੇਚਰ ਵਧੀਆ ਲੱਗ ਰਿਹਾ ਸੀਗਾ, ਕਿਉਂਕਿ ਸਰ ਜਦੋਂ ਆਪਣੀ ਇੰਟਰਵਿਊ ਦੀ ਤਿਆਰੀ ਹੁੰਦੀ ਹੈ ਨਾ ਅਤੇ ਫਿਰ ਆਪਾਂ ਨੂੰ ਜਦੋਂ ਕੋਈ ਡਰ ਹੀ ਨਹੀਂ ਹੈਗਾ ਅਤੇ ਉਹ ਰੂਡਲੀ ਗੱਲ ਕਰਦੇ ਸੀਗੇ ਜਾਂ ਮੈਨੂੰ ਤਾਂ ਨੋਰਮਲੀ ਗੱਲ ਕਰਦੇ ਲੱਗ ਰਹੇ ਸੀਗੇ ਉਹ। ਅਤੇ ਉਸ ਤੋਂ ਬਾਅਦ ਸਰ ਉਹਨਾਂ ਨੇ ਐਂਡ ਦੇ ਵਿੱਚ ਮੇਰੇ ਤੋਂ ਮਤਲਬ ਇੱਦਾਂ ਹੀ ਕਿਹਾ ਵੀ ਇੰਟਰਵਿਊ ਹੁਣ ਆਪਾਂ ਸਮਾਪਤ ਕਰਨ ਲੱਗੇ ਹਾਂ, ਅਤੇ ਫਿਰ ਸਰ ਉਹਨਾਂ ਨੇ ਮੇਰੇ ਤੋਂ ਪੁੱਛਿਆ ਵੀ ਤੁਹਾਡੀ ਮੈਰਿਜ ਨੂੰ ਮਤਲਬ ਕਿੰਨਾ ਟਾਈਮ ਹੋਇਆ? ਮੈਂ ਉਹਨਾਂ ਨੂੰ ਦੱਸਿਆ ਵੀ ਮੇਰੀ ਮੈਰਿਜ ਨੂੰ 4 ਸਾਲ ਹੋ ਗਏ, ਅਤੇ ਮੈਨੂੰ ਪੁੱਛਿਆ ਵੀ ਕੋਈ ਮਤਲਬ ਬੇਬੀ ਵਗੈਰਾ ਹੈ ਤੁਹਾਡੇ? ਮੈਂ ਮਤਲਬ ਮਨਾ ਕਰਤਾ ਵੀ ਨਹੀਂ ਹੈਗਾ। ਅਤੇ ਉਸ ਤੋਂ ਬਾਅਦ ਫਿਰ ਮੈਂ ਸਰ ਮਤਲਬ ਜੋ ਹੈਗਾ ਸੀਗਾ ਮੇਰੀ ਮਤਲਬ ਸੋਚਿਆ ਹੋਇਆ ਵੀ ਮੈਂ ਮਤਲਬ ਦਿਮਾਗ ਦੇ ਵਿੱਚ ਸੀ ਮੇਰੇ ਉਹਨਾਂ ਨੂੰ ਕਹਿਣਾ ਵੀ ਚਲੋ ਸਾਡੀ ਫੈਮਿਲੀ ਪਲੈਨਿੰਗ ਤਾਂ ਮਤਲਬ ਇੰਨਾ ਟਾਈਮ ਹੋ ਗਿਆ ਮੈਰਿਜ ਨੂੰ ਸਾਡੀ ਚੱਲਦੀ ਪਈ ਸੀਗੀ, ਮਤਲਬ ਅਸੀਂ ਫੈਮਿਲੀ ਪਲੈਨਿੰਗ ਬਾਰੇ ਸੋਚਦੇ ਹੁੰਦੇ ਹਾਂ ਕਿ ਬੇਬੀ ਵਗੈਰਾ ਦੇ ਨਾਮ ਵੀ ਅਸੀਂ ਮਤਲਬ ਕਈ ਵਾਰ ਆਪਸ ਵਿੱਚ ਡਿਸਕਸ ਕਰਦੇ ਹੈਗੇ। ਅਤੇ ਉਸ ਤੋਂ ਬਾਅਦ ਸਰ ਉਸ ਤੋਂ ਬਾਅਦ ਫਿਰ ਉਹਨੇ ਸਰ ਮੈਨੂੰ ਇੰਨੀਆਂ ਮਤਲਬ ਗੱਲਾਂ ਬਾਤਾਂ ਕਰਨ ਤੋਂ ਬਾਅਦ ਫਿਰ ਟੈਪਿੰਗ ਵਗੈਰਾ ਕਰਨ ਲੱਗ ਗਏ ਉਹ ਸਾਰੀਆਂ ਚੀਜ਼ਾਂ। ਅਤੇ ਫਿਰ ਮੈਨੂੰ ਲਾਸਟ ਦੇ ਵਿੱਚ ਉਹਨਾਂ ਨੇ ਮਤਲਬ ਕਿਹਾ ਕਹਿੰਦੇ ਹੁਣ ਠੀਕ ਹੈ ਸਰ? ਠੀਕ ਹੈ ਸਰ। ਅਤੇ ਮਤਲਬ ਸਰ ਫਿਰ ਉਹਨਾਂ ਨੇ ਲਾਸਟ ਦੇ ਵਿੱਚ ਇੱਕ ਚਾਂਸ ਮੈਨੂੰ ਹੋਰ ਦਿੱਤਾ, ਕਹਿੰਦੇ ਵੀ ਹੁਣ ਮੈਂ ਇੰਟਰਵਿਊ ਸਮਾਪਤ ਕਰਨ ਲੱਗੇ ਹਾਂ, ਜੇ ਕੋਈ ਤੁਸੀਂ ਗੱਲ ਕਹਿਣੀ ਆ ਤਾਂ ਮੈਨੂੰ ਮਤਲਬ ਹੁਣ ਦੱਸ ਦਿਓ। ਅਤੇ ਸਰ ਪਰ ਮੈਨੂੰ ਮਤਲਬ ਜੋ ਮੈਂ ਪਿਛਲੀ ਇੰਟਰਵਿਊ ਮਤਲਬ ਉਹਨਾਂ ਨੂੰ ਸਾਰੀ ਗੱਲਬਾਤ ਉਹਨਾਂ ਨਾਲ ਸ਼ੇਅਰ ਕਰ ਚੁੱਕਿਆ ਸੀਗਾ, ਇੱਕ ਦੋ ਕੁ ਪੁਆਇੰਟ ਹੈਗੇ ਸੀ ਸਰ ਜੋ ਮੈਂ ਸ਼ੇਅਰ ਕਰ ਸਕਦਾ ਸੀਗਾ, ਪਰ ਫਿਰ ਮੈਨੂੰ ਇੱਦਾਂ ਫੀਲ ਹੋਇਆ ਵੀ ਇਹ ਇੱਕ ਤਰ੍ਹਾਂ ਦੇ ਜੇ ਮੈਂ ਹੁਣ ਅੱਗੇ ਹੋਰ ਇਹਨਾਂ ਨਾਲ ਗੱਲਬਾਤ ਕਰਾਂਗਾ
ਤੇ ਕਈ ਵਾਰ ਮੇਰੇ ਤੋਂ ਮਤਲਬ ਏਦਾਂ ਨਾ ਹੋਵੇ ਵੀ ਮੈਂ ਕਿਸੇ ਵੀਕ ਪੁਆਇੰਟ ਤੇ ਚਲਾ ਜਾਵਾਂ, ਮੈਨੂੰ ਏਦਾਂ ਆਪਣੇ ਆਪ ਤੇ ਕੰਫੀਡੈਂਸ ਸੀਗਾ ਕਿ ਮੇਰੀ ਇੰਟਰਵਿਊ ਬਹੁਤ ਹੱਦ ਤੱਕ ਵਧੀਆ ਹੋਈ ਆ, ਜੋ ਇਹਨਾਂ ਨੇ ਕੁਐਸਚਨ ਪੁੱਟ ਕਰੇ ਹੈਗੇ ਤੇ ਜੋ ਮੇਰੀ ਇੰਟਰਵਿਊ ਦੀ ਤਿਆਰੀ ਹੋਈ ਸੀਗੀ ਪਹਿਲਾਂ, ਸਰ ਨਾਲ ਗੱਲਾਂ ਬਾਤਾਂ ਹੋਈਆਂ ਸੀਗੀਆਂ, ਮੈਂ ਪ੍ਰੋਪਰ ਆਨਸਰ ਕਰ ਚੁੱਕਿਆ ਗਾ। ਤੇ ਫਿਰ ਸਰ ਮੈਂ ਉਹਨਾਂ ਨੂੰ ਮਤਲਬ ਜ਼ਿਆਦਾ ਨਹੀਂ ਕੁਛ ਕਿਹਾ, ਮੈਂ ਕਿਹਾ ਵੀ ਸਰ ਮੇਰੀ ਵਾਈਫ ਵੀ ਉੱਥੇ ਪਰੇਸ਼ਾਨ ਰਹਿੰਦੇ ਹੈਗੇ ਵੀ, ਤੇ ਸਰ ਜੇ ਮਤਲਬ ਟਾਈਮ ਬਹੁਤ ਹੋ ਗਿਆ ਸਾਡੀ ਮੈਰਿਜ ਨੂੰ, ਮੈਰਿਜ ਦੇ ਹੋਣ ਦੇ ਬਾਵਜੂਦ ਵੀ ਅਸੀਂ ਇੱਕ ਦੂਜੇ ਤੋਂ ਇੰਨਾ ਟਾਈਮ ਤੋਂ ਦੂਰ ਰਹਿ ਰਹੇ ਹਾਂਗੇ, ਤੇ ਸਾਨੂੰ ਮਤਲਬ ਵੀਜ਼ਾ ਜੇ ਤੁਸੀਂ ਬਣਦਾ ਤਾਂ ਜ਼ਰੂਰ ਦਿੱਤਾ ਜਾਵੇ, ਬਾਕੀ ਸਰ ਤੁਹਾਡੇ 'ਤੇ ਡਿਪੈਂਡ ਕਰਦਾ ਵੀ ਤੁਹਾਨੂੰ ਜਿੱਦਾਂ ਦੀ ਲੱਗੇ। ਤੇ ਇੱਦਾਂ ਸਰ ਕਹਿ ਕੇ ਫਿਰ ਮੈਂ ਮਤਲਬ ਆਪਣਾ ਓਵਰ ਕਰਤੀ ਇੰਟਰਵਿਊ। ਫਿਰ ਪਾਸਪੋਰਟ ਰਿਕੁਐਸਟ ਕਦੋਂ ਆਈ, ਕਿਹੜੇ ਦਿਨ ਬਾਅਦ ਪਾਸਪੋਰਟ ਰਿਕੁਐਸਟ ਆਈ? ਪਾਸਪੋਰਟ ਸਰ ਰਿਕੁਐਸਟ ਮੈਨੂੰ ਵੀਰਵਾਰ ਨੂੰ ਸਰ ਮੇਰੀ ਮਤਲਬ ਹੋਈ ਸੀਗੀ ਇੰਟਰਵਿਊ, ਤੇ ਮੰਡੇ ਨੂੰ ਸਰ ਫਿਰ ਮੇਰੀ ਕੱਲ ਜਾਣੀ ਕਿ ਇੰਟਰਵਿਊ ਆਈ, ਪਾਸਪੋਰਟ ਰਿਕੁਐਸਟ ਆਈ ਆ ਸਰ। ਤਿੰਨ ਦਿਨ ਹੋ ਗਏ। ਹਾਂਜੀ ਚਲੋ ਵਧੀਆ ਰਿਹਾ ਜਗਰਾਜ ਸਿੰਘ, ਬਹੁਤ ਖੁਸ਼ੀ ਹੋਈ ਤੁਹਾਡੇ ਜਿਹੜੇ ਕਾਮਯਾਬੀ ਸੁਣ ਕੇ, ਤੁਹਾਡੀ ਕਹਾਣੀ ਸੁਣ ਕੇ। ਤੇ ਗੱਲ ਤਾਂ ਇਹ ਹੈ ਕਿ ਵੀ ਜਿੰਨੇ ਵੀ ਤੁਸੀਂ ਮਿਹਨਤ ਕੀਤੀ ਹੈ, ਮਿਹਨਤ ਰੰਗ ਲਾਈ ਹੈ, ਅਤੇ ਜਿੰਨੇ ਵੀ ਪੈਸੇ ਤੁਸੀਂ ਲਾਏ ਹੈ ਜਿਹੜੇ ਵੀਜ਼ਾ ਇੰਟਰਵਿਊ ਲਈ, ਉਹ ਵੀ ਵਸੂਲ ਹੋ ਗਏ, ਵੀਜ਼ਾ ਤੁਹਾਡੇ ਹੱਥ ਆ ਗਿਆ, ਵੀਜ਼ਾ ਹੁਣ ਕੈਨੇਡਾ ਨੂੰ ਜਾਓਗੇ। ਆਈ ਐਮ ਵੈਰੀ ਗ੍ਰੇਟਫੁਲ ਅਤੇ ਬਹੁਤ ਖੁਸ਼ ਹਾਂ ਕਿ ਤੁਸੀਂ ਕਾਲ ਕੀਤਾ, ਤੁਸੀਂ ਉਹ ਚਾਂਸ ਲਿਆ। ਕਈ ਲੋਕਾਂ ਦਾ ਇਹ ਹੁੰਦਾ ਕਿ ਵੀ ਸਾਨੂੰ ਪੈਸਾ ਖਰਾਬ ਕਰਨਾ ਇੰਟਰਵਿਊ ਲਈ ਲੈ, ਅਸੀਂ ਤਾਂ ਪਹਿਲਾਂ ਪੈਸੇ ਏਜੰਟਾਂ ਨੂੰ ਦੇ ਚੁੱਕੇ ਹਾਂ, ਕੰਸਲਟੈਂਟ ਨੂੰ, ਹੁਣ ਆਪਾਂ ਇੰਟਰਵਿਊ ਦੀ ਤਿਆਰੀ ਲਈ ਪੈਸੇ ਦਈਏ। ਅਗਰ ਜੇ ਉਹ ਕੰਸਲਟੈਂਟ ਨਹੀਂ ਪਹਿਲਾਂ ਅਗਰ ਤਿਆਰੀ ਕਰ ਦਿੰਦੇ ਤਾਂ ਫਿਰ ਸਾਡੇ ਤਾਂ ਕੰਮ ਦੀ ਲੋੜ ਹੀ ਨਹੀਂ ਪੈਣੀ ਸੀ। ਤੁਸੀਂ ਇੱਕ ਟਰੱਸਟ ਲਿਆ, ਤੁਸੀਂ ਇੱਕ ਵਿਸ਼ਵਾਸ ਲਿਆ, ਤੁਸੀਂ ਤੇ ਮੈਨੂੰ ਕਦੇ ਜਾਣਦੇ ਨਹੀਂ, ਪਹਿਲਾਂ ਕਦੇ ਮਿਲੇ ਨਹੀਂ, ਲੇਕਿਨ ਕੁਛ ਵੀਡੀਓ ਦੇਖ ਕੇ, ਪੁਰਾਣੇ ਵੀਡੀਓ, ਪੁਰਾਣੇ ਐਕਸਪੀਰੀਅੰਸ ਦੇਖ ਕੇ ਤੁਸੀਂ ਇੱਕ ਟਰੱਸਟ ਲਿਆ, ਟਰੱਸਟ ਲੈ ਕੇ ਤੁਸੀਂ ਫਿਰ ਅੱਜ ਵੀਜ਼ਾ ਲੈ ਕੇ ਕਾਮਯਾਬ ਹੋ। ਬਹੁਤ ਬਹੁਤ ਤੁਹਾਡਾ ਥੈਂਕਫੁਲ ਸ਼ੁਕਰੀਆ ਸਾਰੇ ਦਾ। ਹੋਰ ਚਾਹੁੰਦੇ ਹਾਂ ਤੇ ਕੁਛ ਹੋਰ ਬਾਕੀ ਜਿਹੜੇ ਤੁਹਾਡੀ ਇੰਟਰਵਿਊ ਦੀ ਤਿਆਰੀ ਚੱਲੀ, ਉਹਨਾਂ ਲਈ ਕੁਛ ਖਾਸ ਕੋਈ ਸੁਨੇਹਾ ਕੁਛ ਦੇ ਦਿਓ, ਕੁਛ ਆਖਰੀ। ਖਾਸ ਸਰ ਖਾਸ ਸੁਨੇਹਾ ਇਹ ਹੈਗਾ ਮੇਰਾ ਵੀ ਮੇਰੀ ਜਦੋਂ ਫਸਟ ਟਾਈਮ ਇੰਟਰਵਿਊ ਆਈ ਹੈਗੀ ਤੇ ਸਰ ਮੈਂ ਉਸ ਟਾਈਮ ਗਲਤੀ ਕਰੀ, ਤੋ ਮੈਂ ਤੁਹਾਡੀ ਹੀ ਇੰਟਰਵਿਊ ਮਤਲਬ ਮੈਨੂੰ ਲੈਣੀ ਚਾਹੀਦੀ ਸੀ ਉਸ ਟਾਈਮ, ਮਤਲਬ ਤੁਹਾਡੀ ਇੰਟਰਵਿਊ ਦੀ ਡੇਟ ਮੈਨੂੰ ਲੈਣੀ ਚਾਹੀਦੀ ਸੀਗੀ ਉਸ ਟਾਈਮ, ਤੇ ਮਤਲਬ ਤੁਸੀਂ ਜੇ ਤਿਆਰੀ ਕਰਵਾਉਂਦੇ ਮੈਨੂੰ ਤਾਂ ਮੈਨੂੰ ਸਰ 4 ਸਾਲ ਜੋ ਮੈਂ ਵੇਟ ਕਰੀ ਆ, ਉਸ ਤੋਂ ਬਾਅਦ 3 ਸਾਲ ਵੇਟ ਕਰੀ ਆ, ਨਾ ਤਾਂ ਸਰ ਮੈਨੂੰ ਵੇਟ ਕਰਨੀ ਪੈਂਦੀ, ਤੇ ਜੋ ਹਰਾਸਮੈਂਟ ਹੋਈ ਆ ਸਰ ਉਹ ਵੱਖਰੀ ਰਹੀ, ਜੋ ਪੈਸੇ ਖਰਾਬ ਹੋਏ, ਲੋਇਰ ਚੇਂਜ ਕਰ ਲਓ, ਲੋਇਰ ਪੈਸੇ ਵਾਪਸ ਨਹੀਂ ਕਰਦੇ, ਡਾਕੂਮੈਂਟ ਦੁਬਾਰਾ ਰੈਡੀ ਕਰ ਲਓ, ਉਹ ਸਰ ਵੱਖਰੇ ਰਹੇ। ਤੇ ਮਤਲਬ ਮੈਂ ਇਹੀ ਕਹਿਣਾ ਚਾਹੁੰਦਾ ਜੋ ਵੀ ਆਪਣੀ ਸਰ ਇੱਦਾਂ ਡਿਸਕਸ ਹੋਣੀ ਐਂਡ ਤੱਕ ਆਪਣੀ ਵੀਡੀਓ ਸੁਣਦਾ ਇੱਥੇ ਪਹੁੰਚੇ, ਅਤੇ ਕਿਸੇ ਦੀ ਵੀ ਸਰ ਇੰਟਰਵਿਊ ਆਵੇ, ਇੰਟਰਵਿਊ ਤਾਂ ਸਰ ਬਾਅਦ ਦੀ ਗੱਲ ਹੈਗੀ, ਮੈਂ ਤਾਂ ਇੱਥੋਂ ਤੱਕ ਰਿਕਮੈਂਡ ਕਰੂੰਗਾ ਸਰ ਵੀ ਫਾਈਲ ਹੀ ਤੁਹਾਡੇ ਕੋਲੋਂ ਅਪਲਾਈ ਕਰਵਾਈ ਜਾਵੇ, ਕਿਉਂਕਿ ਸਰ ਸੁਖਮਨ ਸਰ ਨੇ ਜੋ ਪੁਆਇੰਟ ਮੈਨੂੰ ਮੇਰੀ ਫਾਈਲ ਦੇ ਵਿੱਚੋਂ ਜਾਂ ਮੇਰੀ ਸਟੋਰੀ ਦੇ ਵਿੱਚੋਂ ਕਵਰ ਕਰਕੇ ਮੇਰੇ ਨਾਲ ਡਿਸਕਸ ਕਰੇ ਅਤੇ ਮੈਨੂੰ ਸਮਝਾਏ ਕਿ ਜੇ ਇੱਦਾਂ ਹੁੰਦਾ ਫਾਈਲ ਦੇ ਵਿੱਚ ਜਾਂ ਆਹ ਚੀਜ਼ਾਂ ਆਪਾਂ ਪਹਿਲਾਂ ਕਵਰ ਕਰੀਆਂ ਹੁੰਦੀਆਂ ਤਾਂ ਅੱਜ ਇਹ ਇੰਟਰਵਿਊ ਨਾ ਆਪਣੀ ਆਉਂਦੀ, ਅਤੇ ਮੈਂ ਇਹ ਮਤਲਬ ਰਿਕਮੈਂਡ ਕਰੂੰਗਾ ਹਰ ਇੱਕ ਨੂੰ ਜੋ ਵੀ ਵੀਡੀਓ ਸੁਣੂੰਗਾ ਆਪਣੀ ਸਰ, ਕਿ ਉਹ ਤੁਹਾਡੇ ਕੋਲੋਂ ਪਹਿਲੀ ਗੱਲ ਤਾਂ ਫਾਈਲ ਲਗਾਉਣ, ਕਿਉਂਕਿ ਸਰ ਜਦੋਂ ਆਪਾਂ ਇੰਨਾ ਆਪਣਾ ਅਰੇਂਜਮੈਂਟ ਕਰ ਲੈਂਦੇ ਹਾਂ, ਮੈਰਿਜ ਹੁੰਦੀ ਆ, ਸਾਰੀ ਰਿਲੇਸ਼ਨ ਬਣਦਾ ਆਪਣਾ, ਅਤੇ ਇੰਨਾ ਆਪਾਂ ਅੱਗੇ ਤੱਕ ਜਾਂਦੇ ਹੈਗੇ ਅਤੇ ਕੈਨੇਡਾ ਜਾਣ ਦਾ ਆਪਣਾ ਸੁਪਨਾ ਹੁੰਦਾ, ਅਤੇ ਫਿਰ ਸਰ ਜੋ ਵੀ ਆਪਣੀ ਫੀ ਵਗੈਰਾ ਉਹ ਕੋਈ ਮੈਟਰ ਨਹੀਂ ਕਰਦੀ, ਕਿਉਂਕਿ ਸਰ ਜਦੋਂ ਆਪਾਂ ਇਹ ਆਪਾਂ ਸਕਿੱਪ ਕਰ ਦਿੰਦੇ ਹੈਗੇ ਅਤੇ ਫਿਰ ਬਾਅਦ ਦੇ ਵਿੱਚ ਆਪਾਂ ਨੂੰ ਫੀਲ ਹੁੰਦਾ ਗਾ, ਜਦੋਂ ਆਪਾਂ ਟਾਈਮ ਵੀ ਖਰਾਬ ਹੁੰਦਾ ਅਤੇ ਆਪਣੀ ਫਾਈਲ ਵੀ ਖਰਾਬ ਹੋ ਜਾਂਦੀ ਹੈ, ਸਰ ਫਾਈਲ ਇਹ ਨਹੀਂ ਪਤਾ ਸਰ ਇੱਕ ਵਾਰ ਫਾਈਲ ਖਰਾਬ ਹੋਈ ਹੋਈ ਕਦੋਂ ਤੱਕ ਆਪਣੀ ਮਤਲਬ ਉਹ ਦੁਬਾਰੇ ਆਪਣੀ ਸਕਸੈਸਫੁਲ ਹੋਵੇ। ਆਪਣੀ ਲਗਨ ਮਿਹਨਤ ਨਾਲ ਕੰਮ ਕਰਾਂਗੇ, ਉੱਥੇ ਤਾਂ 2-3 ਮੰਥ ਦੇ ਪੈਸੇ ਨੇ ਸਰ ਜੋ ਆਪਾਂ ਪੇ ਕਰਨੇ ਆ ਤੁਹਾਨੂੰ, ਲਾ ਲਓ ਤੇ ਕੋਈ ਜ਼ਿਆਦਾ ਨਹੀਂ ਹੈਗੇ। ਤੇ ਬਾਕੀ ਸਰ ਇੱਦਾਂ ਗਾ ਕੰਸਲਟੈਂਟ ਨੇ ਜੋ ਲੋਇਰ ਨੇ ਹੋਰ ਸਰ ਮੈਨੂੰ ਜਿੱਥੋਂ ਤੱਕ ਮੈਂ ਸਰ ਵਾਚ ਕਰੇ ਹੈਗੇ ਜਾਂ ਮਿਲਿਆ ਜਿਹਨਾਂ ਨੂੰ, ਅਤੇ ਉਹਨਾਂ ਨਾਲ ਫਾਈਲ ਹੁੰਦੀ ਆ ਅਤੇ ਫਾਈਲ ਨੂੰ ਪ੍ਰੋਪਰ ਉਹ ਮਤਲਬ ਵੇਖਦੇ ਨਹੀਂ ਹੈਗੇ ਸਰ ਕੀ ਸੀਨ ਹੈਗਾ, ਕਿੱਥੋਂ ਸਟੋਰੀ ਸਟਾਰਟ ਹੋਈ ਆ ਅਤੇ ਕੀ ਆਪਾਂ ਫਾਈਲ ਦੇ ਵਿੱਚ ਮੈਨਸ਼ਨ ਕਰਨਾ, ਕਿਹੜੇ ਡਾਕੂਮੈਂਟ ਲਗਾਉਣੇ ਆ ਪ੍ਰੋਪਰ। ਬਹੁਤ ਹੱਦ ਹੈਗੇ ਆ ਸਰ ਵਿੱਚ, ਬਹੁਤ ਲੋਇਰ ਚੈੱਕ ਕਰਦੇ ਆ, ਪਰ ਬਹੁਤ ਜ਼ਿਆਦਾ ਲੋਇਰ ਇੱਦਾਂ ਦੇ ਵੀ ਆ ਸਰ ਚੈੱਕ ਨਹੀਂ ਕਰਦੇ ਉਹ ਡਾਕੂਮੈਂਟ, ਅਤੇ ਬਸ ਇੱਦਾਂ ਹੀ ਜਿੱਦਾਂ ਆਪਾਂ ਜੋ ਡਾਕੂਮੈਂਟ ਪ੍ਰੋਵਾਈਡ ਕਰਵਾਤੇ ਉੱਦਾਂ ਹੀ ਫਾਈਲ ਦੇ ਵਿੱਚ ਸਬਮਿਟ ਕਰ ਦਿੰਦੇ ਹੈਗੇ ਉਹ। ਅਤੇ ਨਾਲ ਸਰ 2-3 ਵਾਰ ਮਤਲਬ ਇੱਦਾਂ ਹੋਇਆ ਜਿਹਨਾਂ ਦਾ ਮੈਨੂੰ ਖਿਆਲ ਜਿਹਾ ਬਹੁਤ ਬੁਰੀ ਤਰ੍ਹਾਂ ਭੁਗਤਣਾ ਪਿਆ। ਕਿਹੜੀ ਜਗ੍ਹਾ ਜਾ ਰਹੇ ਹੋ, ਤੁਹਾਡੀ ਵਾਈਫ ਕਿਹੜੇ ਸ਼ਹਿਰ 'ਚ ਹੈ?
ਸਰ ਮਨੀਟੋਬਾ ਦੇ ਆਪਣੇ ਵਿਨੀਪੈਗ ਸਾਈਡ ਹੈ ਸਰ ਉਹ ਅੱਛਾ ਵਿਨੀਪੈਗ ਸਾਈਡ ਹੈ ਅਤੇ ਜਦ ਤੁਸੀਂ ਜਾਓਗੇ ਵਿਨੀਪੈਗ ਪਹੁੰਚੋਗੇ ਸ਼ਾਇਦ ਤੁਹਾਨੂੰ ਉਸੇ ਲੋਇਰ ਨਾਲ ਵੀ ਤੁਹਾਨੂੰ ਕੋਈ ਗੱਲਬਾਤ ਕਰਨ ਦਾ ਮੀਟਿੰਗ ਕਰਨ ਦਾ ਮੌਕਾ ਮਿਲੇ ਤਾਂ ਜ਼ਰੂਰ ਉਹਨੂੰ ਕਹਿਣਾ ਕਿ ਵੀ ਅਸੀਂ ਤਾਂ ਪਹੁੰਚ ਗਏ ਹਾਂ ਅਤੇ ਹੁਣ ਦੱਸੋ ਕੀ ਅੱਗੇ ਹੁਕਮ ਹੈ ਜਿੰਨੇ ਸਰ ਉਹਨਾਂ ਨੂੰ ਮੈਂ ਪੇ ਕਰੇ ਸੀਗੇ ਆਪਣੇ ਲੋਇਰ ਨੂੰ ਪੈਸੇ ਅਤੇ ਉਹਨਾਂ ਨੇ ਮੇਰਾ ਕੋਈ ਵਾਪਸ ਨਹੀਂ ਕਰੇ ਆ ਠੀਕ ਹੈ ਸਰ ਮੈਨੂੰ ਵੀ ਇਹ ਸੀਗਾ ਕਈ ਵਾਰ ਇੱਦਾਂ ਹੁੰਦਾ ਗਾ ਆਪਾਂ ਲੋਇਰ ਨਾਲ ਕੋਈ ਲੜਾਈ ਝਗੜਾ ਕਰਾਂਗੇ ਜਾਂ ਕੋਈ ਚੀਜ਼ ਉਹਨਾਂ ਨੂੰ ਕਹਾਂਗੇ ਅਤੇ ਕਈ ਵਾਰ ਕੋਈ ਉਹ ਲੱਗਿਆ ਮੈਨੂੰ ਵੀ ਕੋਈ ਇਸ਼ੂ ਨਾ ਕ੍ਰੀਏਟ ਕਰਦੇ ਜਾਂ ਉਸ ਟਾਈਮ ਮੈਨੂੰ ਇਹੀ ਚੰਗਾ ਲੱਗਿਆ ਵੀ ਮੈਂ ਚੁੱਪ ਰਹਾਂ ਅਤੇ ਪਰ ਸਰ ਜਦੋਂ ਮੈਂ ਹੁਣ ਉੱਥੇ ਜਾਊਂਗਾ ਤਾਂ ਇੱਕ ਵਾਰ ਤਾਂ ਮੈਂ ਉਹਨਾਂ ਨੂੰ ਜ਼ਰੂਰ ਕਾਲ ਕਰੂੰਗਾ ਵੀ ਮੇਰੀ ਫਾਈਲ ਰਿਲੇਟਡ ਜੋ ਵੀ ਗੱਲਾਂ ਬਾਤਾਂ ਸੀਗੀਆਂ ਜਦੋਂ ਮੈਨੂੰ ਟਾਈਮ ਲੱਗੂਗਾ ਤਾਂ ਮੈਂ ਉਹਨਾਂ ਨਾਲ ਜ਼ਰੂਰ ਗੱਲ ਕਰੂੰਗਾ ਸਰ ਇੱਕ ਵਾਰ ਅਤੇ ਉਹਨਾਂ ਨੂੰ ਸਰ ਫੀਲ ਤਾਂ ਕਰਵਾਉਣਾ ਬਣਦਾ ਗਾ ਵੀ ਜੋ ਉਹਨਾਂ ਦੀ ਵਜ੍ਹਾ ਕਰਕੇ ਸਰ ਮੇਰਾ ਇੰਨਾ ਟਾਈਮ ਵੇਸਟ ਹੋਇਆ ਜੈਨੂਅਨ ਰਿਲੇਸ਼ਨ ਨੂੰ ਸਰ ਇੱਕ ਮਤਲਬ ਗਲਤ ਵੇ ਨਾਲ ਜੋ ਵੀ ਚੀਜ਼ਾਂ ਹੋਈਆਂ ਸਰ ਮੇਰੀ ਲਾਈਫ ਦੇ ਵਿੱਚ ਮੇਹਨਤ ਕੀਤੀ ਮੇਹਨਤ ਕਰਕੇ ਵੀਜ਼ਾ ਲੈ ਕੇ ਆਏ ਹੋ ਵੀਜ਼ਾ ਤੁਸੀਂ ਲਿਆ ਨਾਮ ਸਾਡਾ ਹੋ ਰਿਹਾ ਸੋ ਅਲਟੀਮੇਟਲੀ ਥੈਂਕ ਯੂ ਅਤੇ ਤੁਹਾਨੂੰ ਮੈਂ ਕਹਿਣਾ ਕਿ ਤੁਸੀਂ ਪਹਿਲੀ ਗੱਲ ਟਰੱਸਟ ਕੀਤਾ ਦੂਸਰੀ ਗੱਲ ਪੈਸੇ ਦੇ ਕੇ ਫਿਰ ਕੋਚਿੰਗ ਲਈ ਅਤੇ ਫਿਰ ਇੰਟਰਵਿਊ ਤਿਆਰੀ ਕਰਕੇ ਤੁਸੀਂ ਇੱਕ ਸਕਸੈਸਫੁਲ ਪਰਫੋਰਮੈਂਸ ਕਰਕੇ ਆਏ ਹੋ ਸੋ ਅਲਟੀਮੇਟਲੀ ਥੈਂਕ ਯੂ ਤੁਹਾਨੂੰ ਐਕਚੁਲੀ ਇਟਸ ਅਦਰ ਵੇ ਰਾਊਂਡ ਸੋ ਇਹ ਸਾਰਾ ਸੰਜੋਗਾਂ ਦਾ ਖੇਡ ਹੈ ਬਾਕੀ ਬਾਕੀ ਕੰਸਲਟੈਂਟ ਤਾਂ ਬਹੁਤ ਬੈਠੇ ਸੋ ਬਹੁਤ 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 ਥੈਂਕ ਯੂ ਸਾਰੇ ਨੂੰ ਬੈਸਟ ਵਿਸ਼ਿਸ ਤੁਹਾਨੂੰ ਮੇਰੇ ਵੱਲੋਂ ਆਪਣੇ ਤੁਹਾਡੀ ਵਾਈਫ ਨੂੰ ਵੀ ਗੁੱਡ ਵਿਸ਼ਿਸ ਫੋਰ ਫਿਊਚਰ ਤੁਸੀਂ ਕੈਨੇਡਾ ਜਾਓਗੇ ਅਗਲੇ ਮਹੀਨੇ ਪਹੁੰਚੋਗੇ ਕੈਨੇਡਾ ਅਤੇ ਅੱਗੇ ਤੁਸੀਂ ਵਧੀ ਵਧੀਆ ਤੁਹਾਡੀ ਸੈਟਿੰਗ ਹੈ ਅੱਗੇ ਤੁਸੀਂ ਸਕਸੈਸਫੁਲ ਰਹੋਗੇ ਕੈਨੇਡਾ ਜਾ ਕੇ ਸੋ ਆਈ ਐਮ ਵੈਰੀ ਕੌਨਫੀਡੈਂਟ ਕਿ ਤੁਸੀਂ ਕਰੋਗੇ ਥੈਂਕ ਯੂ ਵੈਰੀ ਮੱਚ ਸਤਿ ਸ਼੍ਰੀ ਅਕਾਲ ਠੀਕ ਹੈ ਸਰ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਜੀ